रेडिएशन परदेसी सुनते सारे स्रोतों का ब्रेक तो बाद स्वागत। तो दोस्तों गलबात है खबरसार की सांझ पाउण दी समा गलबात की खबरसार का सांझ पाउण दा जी। और कुछ कैसी खबर जिन्हां दे उत्ते चर्चा की जानी बहुत जरूरी है उही चर्चा नूं लेके साडे नाल शामिल ने साडे टीम मैंबर परमवीर सिंह बाठ जी। बाठ साहब स्वागत। शुक्रिया मेहरबानी सुखनैब जी। रेडियो चैनल परदेसी दे श्रोतियां नूं प्यार ते सत्कार करी सत श्री अकाल। ते हमेशा दी तरह सरदार अमृतपाल सिंह मनिहास इस प्रोग्राम नूं स्पॉन्सर कर रहे ने कैलिफोर्निया यूएसए तों। सो बहुत धन्नवाद जी मनिहास साहब दा भी और तुहाडा भी क्योंकि तुसीं सांझ पाउणे हो। और बड़ी पुरानी गजल है जी और बड़ी मशहूर गजल है इस अदालत च बंदे विरख हो गए फैसले सुनदिआं सुनदिआं सुख गए आखो इन्हां नूं उजड़े घरीं जाण हुण ਇਹ ਕਦ ਤੱਕ ਇੱਥੇ ਖੜੇ ਰਹਿਣਗੇ ਕੁਝ ਕਿਹਾ ਤੇ ਹਨੇਰਾ ਜ਼ਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਸੋ ਇੱਕ ਐਸਾ ਵਿਅਕਤੀ ਜਿਹਨੂੰ 12 ਸਾਲ ਬਾਅਦ ਇਨਸਾਫ਼ ਮਿਲਿਆ ਕਹੀਏ ਇਹਨੂੰ ਇਨਸਾਫ਼ ਜਾਂ ਨਾ। ਸੁਖਨੈਬ ਜੀ ਬਹੁਤ ਸੰਜੀਦਾ ਜੀ ਗੱਲ ਹੈ ਬੜੀ ਭਾਵੁਕ ਕਰ ਦੇਣ ਵਾਲਾ ਜਿਹੜਾ ਉਹ ਮਸਲਾ ਹੈ ਕਿਉਂਕਿ ਗੱਲ ਇੱਕ ਬੰਦੇ ਦੀ ਹੁੰਦੀ ਹੈ ਤੇ ਉਹ ਬਹੁਤ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੁੰਦਾ ਜੀ ਕਿਉਂਕਿ ਅਕਸਰ ਜਦੋਂ ਟੇਬਲ ਟਾਕ ਹੁੰਦੀ ਹੈ ਤਾਂ ਬਾਹਰ 50,000 ਬੰਦਾ ਧਰਨੇ ਤੇ ਬੈਠਾ ਹੁੰਦਾ ਤੇ ਕਿਹਾ ਜਾਂਦਾ ਕਿ ਭਾਈ ਇੱਕ ਬੰਦਾ ਦੋ ਬੰਦੇ ਜਾਂ ਪੰਜ ਬੰਦਿਆਂ ਦਾ ਬੱਸ ਦੇ ਅੰਦਰ ਆ ਜਾਓ ਜੀ। ਉਹਨਾਂ ਪੰਜਾਂ ਬੰਦਿਆਂ ਦੇ ਵਿੱਚੋਂ ਬਾਹਰ ਧਰਨੇ ਦੇ ਉੱਤੇ ਜਿਹੜਾ 50,000 ਬੰਦਾ ਬੈਠਾ ਹੁੰਦਾ ਉਹਨਾਂ ਦੀ ਝਲਕ ਸਾਨੂੰ ਨਜ਼ਰ ਆਉਂਦੀ ਹੈ ਜੀ। ਇਸੇ ਤਰੀਕੇ ਜਿਹੜਾ ਮਾਮਲਾ ਅਸੀਂ ਅੱਜ ਸਾਂਝਾ ਕਰਨਾ ਕੋਈ ਨਵਾਂ ਨਹੀਂ, ਬਹੁਤ ਵਾਰ ਉਸ ਤਰੀਕੇ ਦੇ ਮਾਮਲੇ ਜਿਹੜੇ ਸਾਹਮਣੇ ਆ ਚੁੱਕੇ ਆ ਇੱਕ ਸੱਚਾਈ ਬਣ ਚੁੱਕੀ ਪੰਜਾਬ ਦੀ। ਪਰ ਫਿਰ ਵੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਜਾਂ ਪੰਜ ਵਾਰ ਛੇੜ ਕੇ ਅਸੀਂ ਚੁੱਪ ਨਹੀਂ ਕਰ ਸਕਦੇ ਕਿਉਂਕਿ ਵਰਤਾਰੇ ਲਗਾਤਾਰ ਜਾਰੀ ਹੈ। ਜੇ ਤਾਂ ਇਤਿਹਾਸ ਦਾ ਹਿੱਸਾ ਬਣ ਚੁੱਕੇ ਹੋਣ, ਜੇ ਤਾਂ ਅਸੀਂ ਸਮੇਂ ਦੀਆਂ ਹਕੂਮਤਾਂ ਪ੍ਰਸ਼ਾਸਨਿਕ ਅਧਿਕਾਰੀ ਉਹਦੇ ਤੋਂ ਕੁਝ ਸਿੱਖ ਚੁੱਕੇ ਹੋਣ ਤਾਂ ਫਿਰ ਉਹ ਮਸਲਾ ਜਿਹੜਾ ਠੱਪ ਵੀ ਕੀਤਾ ਜਾ ਸਕਦਾ। ਪਰ ਪੰਜਾਬ ਦੇ ਵਿੱਚ ਹਾਲਾਤ ਲੈ ਦੇ ਕੇ ਤਕਰੀਬਨ ਉਦਾਂ ਦੇ ਨੇ। ਬਹੁਤ ਸਾਰੇ ਪਰਿਵਾਰ ਬਹੁਤ ਸਾਰੀਆਂ ਜ਼ਿੰਦਗੀਆਂ ਪੰਜਾਬ ਸੂਬੇ ਦੇ ਵਿੱਚ ਨਸ਼ੇ ਨੇ ਖਤਮ ਕਰਤੀਆਂ, ਆਪਾਂ ਸਾਰੇ ਜਾਣਦੇ ਹਾਂ। ਪਰ ਸੱਚਾਈ ਇਹ ਵੀ ਹੈ ਕਿ ਨਸ਼ਾ ਖਤਮ ਕਰਨ ਦੇ ਨਾਮ ਦੇ ਉੱਤੇ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਕਥਿਤ ਤੌਰ ਦੇ ਉੱਤੇ, ਉਹਨਾਂ ਨੇ ਵੀ ਬਹੁਤ ਸਾਰੀਆਂ ਜ਼ਿੰਦਗੀਆਂ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਪਰਿਵਾਰਾਂ ਦੀਆਂ ਜਿਹੜੀਆਂ ਉਹ ਖੁਸ਼ੀਆਂ ਵੀ ਤਬਾਹ ਕੀਤੀਆਂ, ਹਾਸੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਖੰਭ ਲਾ ਕੇ ਕਿਤੇ ਦੂਰ ਉੱਡ ਪੁੱਡ ਗਏ। ਸੁਰਜੀਤ ਪਾਤਰ ਹੋਰਾਂ ਦੇ ਸ਼ਬਦਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੀ ਰਚਨਾ ਤੁਸੀਂ ਯਾਦ ਕੀਤੀ, ਬਿਲਕੁਲ ਟੁੱਕਦੀ ਹੈ। ਹੁਣ ਇੱਕ ਐਸਾ ਵਿਅਕਤੀ ਰੋਸ਼ਨੀ ਦੇ ਵਿੱਚ ਆਇਆ, ਪ੍ਰਕਾਸ਼ ਦੇ ਵਿੱਚ ਆਇਆ, ਸਾਹਮਣੇ ਆਇਆ ਪੰਜਾਬ ਦਾ ਵਿਅਕਤੀ ਜੋ ਨਸ਼ਾ ਖਤਮ ਕਰਨ ਦੇ ਨਾਮ ਦੇ ਉੱਤੇ ਪੁਲਿਸ ਵੱਲੋਂ ਜਿਹੜੀ ਕਥਿਤ ਕਾਰਵਾਈ ਕੀਤੀ ਜਾਂਦੀ ਉਹਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ। ਬਿਲਕੁਲ ਕਸੂਰ ਉਹਦਾ ਸਿਰਫ ਇੰਨਾ ਕਿ ਉਹ ਇੱਕ ਨਸ਼ਾ ਤਸਕਰ ਦਾ ਰਿਸ਼ਤੇਦਾਰ ਹੈ। ਰਿਸ਼ਤੇਦਾਰੀਆਂ ਸਾਡੀਆਂ ਵੀ ਹੋਣਗੀਆਂ, ਤੁਹਾਡੀਆਂ ਵੀ ਹੋਣਗੀਆਂ, ਸੁਣਨ ਵਾਲਿਆਂ ਦੀਆਂ ਵੀ ਹੋਣਗੀਆਂ। ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਜਿਹੜਾ ਇਮਾਨਦਾਰ ਹੋਵੇ ਤੇ ਹਰ ਇੱਕ ਬੰਦਾ ਕਾਨੂੰਨ ਦੀ ਪਾਲਣਾ ਕਰੇ, ਕੋਈ ਵੀ ਬੰਦਾ ਕਿਸੇ ਵੀ ਤਰੀਕੇ ਦਾ ਹੋ ਸਕਦਾ ਜੀ। ਨਾਮ ਦਰਸ਼ਨ ਸਿੰਘ, ਉਮਰ 38 ਸਾਲ, ਅੱਜ 38 ਸਾਲ ਦਾ ਦਰਸ਼ਨ ਸਿੰਘ। ਪਰ ਜਦੋਂ ਪੁਲਿਸ ਨੇ ਘਰ ਆ ਕੇ ਦਰਸ਼ਨ ਕੀਤੇ ਸੀ, ਘਰੋਂ ਚੁੱਕਿਆ ਸੀ, ਤਾਂ ਉਦੋਂ ਉਮਰ ਸਿਰਫ 26 ਸਾਲ ਦੀ ਸੀ, ਪਰ ਜਵਾਨ ਗੱਭਰੂ, 6 ਕਿੱਲੇ ਜ਼ਮੀਨ ਦਾ ਮਾਲਕ। ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਆਬੇ ਦੇ ਵਿੱਚ ਜਿਹੜੇ ਬੰਦੇ ਦੀ ਅੱਜ ਵੀ 6 ਕਿੱਲੇ ਜ਼ਮੀਨ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਜੀ 8 ਵਰਗੀ ਹੈ, ਤੇ ਉਹ ਪਿੰਡ ਦੇ ਵਿੱਚ ਕਹਿੰਦੇ ਕਹਾਉਂਦਿਆਂ ਦੇ ਵਿੱਚ ਹੀ ਹੁੰਦਾ ਕਿਉਂਕਿ ਦੁਆਬੇ ਦੇ ਵਿੱਚ ਜ਼ਮੀਨਾਂ ਮੁਕਾਬਲਤਨ ਘੱਟ ਨੇ ਜੀ। ਹੁਣ 6 ਕਿੱਲਿਆਂ ਦੀ ਜ਼ਮੀਨ ਦਾ ਮਾਲਕ ਪੁਲਿਸ ਨੇ ਘਰੋਂ ਚੁੱਕਿਆ, ਤੇ ਪੁਲਿਸ ਦੇ ਚੱਕਰਾਂ ਤੇ ਅਦਾਲਤੀ ਘੁੰਮਣ ਘੇਰੀਆਂ ਦੇ ਵਿੱਚ ਐਸਾ ਉਲਝਿਆ, ਕੇਸ ਲੜਦੇ ਲੜਦੇ ਸਾਰੀ ਜ਼ਮੀਨ ਵਿਕ ਗਈ, ਤੇ ਇੱਜ਼ਤ ਉਹ ਤਾਂ ਪਹਿਲੇ ਦਿਨ ਹੀ ਜਿਹੜੀ ਹੈ ਖੂਹ ਖਾਤੇ ਪੈ ਗਈ ਸੀ। 3 ਸਾਲ ਜੇਲ੍ਹ ਦੇ ਵਿੱਚ ਵੀ ਕੱਟੇ, 12 ਸਾਲ ਹੇਠਲੀ ਅਦਾਲਤ ਤੋਂ ਲੈ ਕੇ ਹਾਈਕੋਰਟ ਤੱਕ ਕੇਸ ਲੜਿਆ, ਤੇ 12 ਸਾਲੀ ਜਦੋਂ ਰੂੜੀ ਦੀ ਆਪਾਂ ਕਹਿੰਦੇ ਸੁਣੀ ਜਾਂਦੀ ਹੈ, ਤੇ ਉਦੋਂ ਹਾਈਕੋਰਟ ਦਾ ਫੈਸਲਾ ਆਇਆ ਕਿ ਇਹ ਦਰਸ਼ਨ ਸਿੰਘ ਬੇਕਸੂਰ ਹੈ। ਉਹ ਦਰਸ਼ਨ ਸਿੰਘ ਜਿਹਨੂੰ 12 ਸਾਲ ਪਹਿਲਾਂ ਪੰਜਾਬ ਪੁਲਿਸ ਚੁੱਕ ਕੇ ਲੈ ਗਈ ਸੀ, 12 ਸਾਲਾਂ ਦੇ ਵਿੱਚ ਅਦਾਲਤਾਂ ਦੇ ਧੱਕੇ ਖਾਂਦਿਆਂ ਜਿਹਦੇ ਪੱਲੇ ਨਾ ਤਾਂ ਸਮਾਜਿਕ ਤੌਰ ਤੇ ਕੱਖ ਰਿਹਾ, ਨਾ ਜ਼ਮੀਨ ਦੇ ਪੱਖੋਂ ਕੱਖ ਰਿਹਾ, ਤੇ ਨਾ ਪਰਿਵਾਰ ਦੇ ਪੱਖੋਂ ਜੀ। ਹੁਸ਼ਿਆਰਪੁਰ ਦੀ ਪੁਲਿਸ ਜਿਹੜੀ ਹੈ ਮਾਲਪੁਰ ਥਾਣੇ ਦੀ, 26 ਜੁਲਾਈ 2002 ਨੂੰ ਦਰਸ਼ਨ ਸਿੰਘ ਨੂੰ ਇੱਕ ਵੱਡਾ ਤਸਕਰ ਦੱਸ ਕੇ ਚੁੱਕ ਕੇ ਲੈ ਗਈ। 1.5 ਕੁਇੰਟਲ ਚੂੜਾ ਪੋਸਤ ਕਹਿੰਦੇ ਇਹਦੇ ਤੋਂ ਬਰਾਮਦ ਹੋਇਆ, ਸਬੂਤ ਵੀ ਅੱਧੇ ਅਧੂਰੇ ਜਿਹਾ ਪੇਸ਼ ਕਰ ਦਿੱਤੇ। ਹੇਠਲੀ ਜ਼ਿਲ੍ਹਾ ਅਦਾਲਤ ਨੇ 2002 ਦੇ ਇਸ ਕੇਸ ਨੂੰ 2005 ਚ ਨਿਬੇੜ ਦਿੱਤਾ। ਦਰਸ਼ਨ ਸਿੰਘ ਕਹਿੰਦੇ ਦੋਸ਼ੀ ਹੈ ਤੇ 10 ਸਾਲ ਦੀ ਕੈਦ ਤੇ ਲੱਖ ਰੁਪਇਆ ਜੁਰਮਾਨਾ ਠੋਕ ਦਿੱਤਾ ਜੀ। ਦਰਸ਼ਨ ਸਿੰਘ ਨੇ ਹਾਈਕੋਰਟ ਦੇ ਵਿੱਚ ਚੈਲੰਜ ਕੀਤਾ,
तीन साल होर लग गया जमानत मिलदिया मिलदिया क्योंकि सुरजीत पात्र होर ने यह शब्द एवं नहीं लिख दिते। जमीनी हकीकत के नाल जुड़े हुए शब्द ने कि भारत दियां अदालतां दे विच न्याय बहुत देर नाल मिलदा। हुण दर्शन सिंह नूं तिन्नी साल जमानत मिलती है पर तिन्नी साल जदों जेल दे विचों बाहर आउंदा तां पंजाब पहला वर्गा पंजाब नहीं सी, टब्बर पहला वर्गा टब्बर नहीं सी, पिंड दे लोकां दी उहनूं वेखण वाली अख पहला वर्गी अख नहीं सी। उहदे विच बहुत फर्क सी, दर्शन तां उही सी जिदां दा पहला गया सी जेल दे अंदर ते उदां दे बाहर आया। मन दे विच तां बहुत सारे तूफान खरूप आउंदे होणगे पर बाहर आके जो कुछ देखिया उदो असल दे विचों टुटिया पहला जेल दे अंदर शायद माड़ा मोटा सबूता सी। उहदे तों बाद अदालतां दे चक्कर जे जारी सी, जमानत मिली सी, केस खारज नहीं सी होए। छे किलियां दे विचों चार कनाल जमीन बाकी बची है, साढ़े पांच किले जिहड़ी बिक चुकी है ते चार कनाल दे विच वी भरा दा हिस्सा। वकीलां दीआं फीसां देणियां सी, अदालतां दे चक्कर मारने सी, चंडीगढ़ दा किराया सुखना साह नहीं आउण दिंदा, जे महीने च इक वी जाणा पै जा, रात च रोटी पानी भी खाणा हुंदा। हुण किसान दर्शन सिंह छे किले जमीन दा मालिक पुलिस कार्रवाई के नतीजे वजो अज मजदूर बन गया। मजदूरी बननी कोई माड़ी गल नहीं पर कोई बंदा मजदूरी क्यों कर रहा है, कि हालातां दे विच कर रहा मसला, यह विचारन योग जरूर है। नशे का कलंक कथित तौर ते ऐसा जुड़िया कोई बंदा रिश्ता करने तैयार नहीं, किसी परिवार ने उन्हें अपनी धी नहीं दिती, अपनी भैन नहीं दिती, अज तक वो बंदा अपना विआह नहीं करा सकिया। पिता अंगहीन है, छोटा भरा सतनाम सिंह एक हादसे दे विच दोवें हथ कटे गए, वह घरे बैठा इहदे उत्ते ही एक तरह का आश्रित है। घर के सारे काम भावे कोई मेख ठोकनी होवे, भावे झाड़ू बहारू करना होवे, ते भावे चुल्हा तपा के लाउणियां होण तवे दे उत्ते रोटियां, दर्शन सिंह नूं करने पैंदे आ। ओह दर्शन सिंह जिन्हें 12 साल भारतीय कानून भारतीय प्रशासनिक अधिकारियां दा दुख झेलिया, जिन्हें अपनी जमीन ओह जमीन जिस जमीन दे एक इंच दे बदले बंदा बंदे नूं मारन नूं फिरदा, ओह छे किले जमीन चार कनालां दे विच तब्दील हुंदी वेखी बिना किसी कसूर तों। ते हुण जदों 12 साली मानयोग पंजाब ते हरियाणा हाई कोर्ट तों दर्शन सिंह नूं इंसाफ मिलिया तां दर्शन सिंह नूं भी समझ नहीं आउंदी, सानूं तुहानूं भी समझ नहीं आउंदी कि दर्शन सिंह खुश होवे जां दुखी। नाल दी नाल जी ते सुखनैर जी नाल दी नाल इह भी उह आखदा है इहदे कोई गुनाह नहीं कीता, सजा भी कट ली, लोग भी दूर हो गए, पर जिन्हां लोकां दे करके, जिन्हां अधिकारियां दे करके, जिन्हां लागडाट वालियां दे करके मैनूं इह सब कुछ भुगतना पिया, उह अज भी कहिंदा आपो अपने घरां च घुग वसदे आ। उन्होंने वह 12 साल कोई तंगी नहीं झेली, सगो मुछा के उ हथ दे के मुछा मरूड दे रहा है, मैं अज किधरले पासे खड़ा। उन्हें भी खुलासा किया कि पिंड के कुछ एक लोगों के जमीन का छोटा मोटा झगड़ा सी, उन्होंने पुलिस के रल के एक केस पवाता, मेरे अज आ हालात हो गए। हुण सुखनैर जी इथे तकरीबन यह गल जी साफ से स्पष्ट है कि यह दर्शन सिंह का केस पंजाब के बहुत सारे लोगों होया होगा। पिछले 2.5-3 साल नशा तस्करी के मुद्दे के उत्ते जिड्डी वड्डी मुहिम चलाई गई, उहदे नाल ठंड जरूर पई है थोड़ी बहुत, पर बहुत सारे लोग चीका मार मार के भी कहिंदे सी कि भाई साडा कसूर नहीं सी पर सानू जेलां दे विच तुन दित्ता। इदां दे वरतारियां दे हंभे होए लोग, झंबे होए लोग अज पंजाब नूं छड्डण दे लई मजबूर ने। पहलां भी छड्ड रहा, प्रवास पंजाबी शौक नाल भी करदा, विकास करन दे लई भी करदा, पर ओह प्रवास सब तों खतरनाक हुंदा पाश दी कविता दे कहण वांगू, जिहड़ा प्रवास तुहानू मजबूरी दे विच इस करके करना पवे कि जिस धरती दे खिते दे विच तुसीं जन्म लै लिया उस खिते दे विच शायद तुहानू वेले सिर इंसाफ ना मिलदा होवे, वेले सिर तुहानू रोजगार दे पूरे मौके ना मिलदे होण, ते तुहानू पता नहीं कि किहड़े वेले बाज ने आण के तुहानू जिहड़ा झपट के ओहदा ओह लै जाणा। सो पंजाबी तिलम ला रहे ने, बेचैन ने, इंसाफ भालदे ने, ते जहाजां दे विच उड़ के अंबरां नूं छूंदे होए उस थां दे उत्ते जाके जिहड़ा ओह हड तोड़वीं हड चीरवीं मेहनत करदे आ, जिस थां दे उत्ते उहनां नूं अपना हर पल हर क्षण जिहड़ा ओह भूरहेवे नाल ते नाल दी नाल अपने परिवारां तों दूर रह के इक डंग जिहा हमेशा सहना पैंदा। बिल्कुल गल तुहाडी दुरुस्त है व्हाट्सएप। और दूसरा यह है कि जिस तरीके दे नाल आर्थिक पूंजी साडे तों खुसदी है, जमीनां खुसदियां ने, इक किसान होवे जां कोई मेहनत कश होवे, एक 98 है जिहड़ी जी ओह वी वध घट किते लगदे ना, बिना मतलब तों लगदे, चुभदी रहिंदी है। पुलिस वाले ने कुटिया भी होना बिना शक, और बिना कसूरों थोड़े थप्पड़ भी वजदे, सारी उम्र चेता रहिंदा है। किहो जे हालात रहे होणगे, मेरे चेते आ जांदा उह बंदा जदों उसदी मैं तस्वीर देखदा। गल थोड़ी सही है कि जदों 26 साल दा होगा, पर जवानी च गभरू होना, ब्याह कराउण दे सुपने देखदा होना, की भाणा बापर कदे नहीं सोचा होना। बहुत सारिया होर घटनावां जिहड़ियां चेते आउंदियां,
ਇੱਕ ਪਿੰਡ ਆ ਬਰਨਾਲੇ ਦੇ ਕੋਲੇ, ਉੱਥੇ ਪੰਜ ਵਿਅਕਤੀਆਂ ਨੂੰ ਸਜ਼ਾ ਹੋ ਗਈ ਸੀ ਜਿਉਂਦੇ ਬੰਦੇ ਦੇ ਕਤਲ ਚ। ਜਦੋਂ ਬੰਦਾ ਜਿਉਂਦਾ ਨਿਕਲਿਆ ਜੀ, ਫਿਰ ਮੁਆਵਜ਼ਾ ਵੀ ਮਿਲ ਗਿਆ, ਪਰ ਬਹੁਤਿਆਂ ਦੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਕੱਟ ਗਈ ਸੀ। ਮੇਰੇ ਪਿੰਡ ਵੀ ਇੱਕ ਐਸੀ ਘਟਨਾ ਵਾਪਰੀ ਸੀ, ਇੱਕ ਬੰਦੇ ਨੂੰ ਬਿਨਾਂ ਕਸੂਰੋਂ ਸਜ਼ਾ ਹੋਈ ਸੀ। ਪਿੰਡ ਵਾਲਿਆਂ ਨੂੰ ਪਤਾ ਸੀ, ਪਰ ਅਦਾਲਤ ਦੀ ਅੱਖ ਦੀ ਪੱਟੀ ਵੱਜੀ ਹੋਈ ਸੀ। ਖੈਰ, ਅਗਲੀ ਗੱਲ ਜੇ ਆਪਾਂ ਵਟਸਐਪ ਕਰੀਏ ਤਾਂ ਸਿਆਸੀ ਤੌਰ ਦੇ ਉੱਤੇ ਕਹਿੰਦੇ ਛਟਪਟਾਉਣ ਲੱਗੇ ਨੇ ਬੀਜੇਪੀ ਦੇ ਉਮੀਦਵਾਰ, ਕੀ ਲੱਗਦਾ ਉਹਨਾਂ ਨੂੰ ਭਵਿੱਖ? ਸੁਖਨੈਬ ਜੀ, ਜੇ ਡੱਬਿਆਂ 'ਚ ਵੋਟਾਂ ਪਈਆਂ ਹੁੰਦੀਆਂ ਤਾਂ ਆਪਾਂ ਇਹ ਕਹਿ ਸਕਦੇ ਸੀ ਕਿ ਆਪਣੀਆਂ ਵੋਟਾਂ ਵਾਲਾ ਡੱਬਾ ਉਹਨਾਂ ਨੂੰ ਊਣਾ ਲੱਗਦਾ ਜੀ। ਪਰ ਹੁਣ ਤਾਂ ਸਮੇਂ ਦੇ ਵਿੱਚ ਤਕਨੀਕ ਨੇ ਇੰਨੀ ਕੁ ਤਰੱਕੀ ਕਰ ਲਈ ਆ ਕਿ ਡੱਬੇ ਵੀ ਚੁੱਕ ਕੇ ਮਸ਼ੀਨਾਂ ਰੱਖਤੀਆਂ ਗਈਆਂ, ਉਹ ਮਸ਼ੀਨਾਂ ਜਿਨ੍ਹਾਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਅੱਜ ਟੈਂਟ ਵੀ ਲੱਗੇ ਹੋਏ ਨੇ ਸਟਰੋਂਗ ਰੂਮ ਦੇ ਬਾਹਰ, ਤੇ ਲਗਾਤਾਰ ਕੈਮਰੇ ਵੀ ਜਿਹੜੇ ਉਹ ਆਪਣਾ ਕੰਮ ਕਰੀ ਜਾਂਦੇ ਆ ਜੀ। ਭਾਰਤੀ ਜਨਤਾ ਪਾਰਟੀ ਵਾਲੇ 10 ਸਾਲ ਤੋਂ ਪੰਜਾਬ ਦੀ ਸੱਤਾ ਦੇ ਵਿੱਚ, ਭਾਈਵਾਲ ਨੇ 2.5-3 ਸਾਲ ਕੇਂਦਰ ਸਰਕਾਰ ਦੇ ਵਿੱਚ ਵੀ ਹੋ ਗਏ ਜੀ। ਪਰ ਇਹ ਗੱਲ ਸਾਰੇ ਜਾਣਦੇ ਆ, ਭਿਣਕ ਸਾਰਿਆਂ ਨੂੰ ਹੈ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਲਈ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤੇ ਸੁਖਾਵੇਂ ਨਹੀਂ ਹੋਣੇ ਜੀ। ਉਹਦੇ 3 ਵੱਡੇ ਕਾਰਨ ਜਿਹੜੇ ਆ ਉਹ ਗਿਣੇ ਜਾ ਰਹੇ, ਕਾਰਨ ਹੋਰ ਵੀ ਬਥੇਰੇ ਨੇ, ਪਰ ਇਨ੍ਹਾਂ 3 ਕਾਰਨਾਂ ਦੇ ਵਿੱਚ ਪਾਰਟੀ ਦੇ ਉਹਨਾਂ ਲੋਕਾਂ ਦੀ ਕਾਰਗੁਜ਼ਾਰੀ ਜਿਹੜੇ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਜੀ, ਦੂਸਰਾ ਕਾਰਨ ਧੜੇਬੰਦੀ ਤੇ ਤੀਸਰਾ ਕਾਰਨ ਨੋਟਬੰਦੀ ਜੀ। ਤਿੰਨੇ ਕਾਰਨਾਂ ਦੇ ਕਰਕੇ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਮੁੱਦੇ ਮੂੰਹ ਡਿੱਗਣ ਜਾ ਰਹੀ ਸਿਆਸੀ ਤੌਰ ਤੇ ਜੀ, ਤੇ ਨੋਟਬੰਦੀ ਦੇ ਕਰਕੇ ਇਸ ਕਰਕੇ ਵੀ ਰੌਲਾ ਪੈ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਬਹੁਤਾ ਵੋਟਰ ਦੁਕਾਨਦਾਰ ਸੀ, ਵਪਾਰੀ ਸੀ, ਉਦਯੋਗਪਤੀ ਸੀ, ਭਾਵੇਂ ਉਹ ਦਿਹਾੜੀ 'ਚ 100 ਰੁਪਇਆ ਕਮਾ ਕੇ ਲਿਆਉਂਦਾ ਤੇ ਭਾਵੇਂ 2.5 ਲੱਖ ਕਮਾ ਲੈਂਦਾ ਸੀ ਉਹ ਕਾਰੋਬਾਰੀ, ਪਰ ਨੋਟਬੰਦੀ ਦੇ ਕਰਕੇ 2.5-3 ਮਹੀਨੇ ਜਿਹੜਾ ਸੰਤਾਪ ਕਾਰੋਬਾਰੀਆਂ ਨੂੰ ਭੁਗਤਣਾ ਪਿਆ ਸ਼ਾਇਦ ਉਹਨਾਂ ਨੂੰ ਇੰਨੀ ਛੇਤੀ ਭੁੱਲਣਾ ਨਹੀਂ ਸੀ, ਉਪਰੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਜੀ। ਹੁਣ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਉਮੀਦਵਾਰ ਚੋਣਾਂ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਆਪਣੀਆਂ ਸਫਾਈਆਂ ਦਿੱਲੀ ਜਾ ਕੇ ਹਾਈਕਮਾਂਡ ਦੇ ਕੋਲ ਪੇਸ਼ ਕਰਨ ਲੱਗ ਪਏ, ਕਈਆਂ ਨੇ ਚਿੱਠੀਆਂ ਲਿਖ ਲਿਖ ਪਾ ਦਿੱਤੀਆਂ ਕੋਰੇ ਕਾਗਜ਼ਾਂ ਦੇ ਉੱਤੇ ਜੀ। ਇਹ ਹਾਈਕਮਾਂਡ ਨੂੰ ਇਸ ਕਰਕੇ ਮਿਲਣ ਲੱਗ ਪਏ ਤਾਂ ਜੋ ਜਦੋਂ ਨਤੀਜੇ ਆਉਣ, ਜੇ ਵੱਡੀਆਂ ਹਾਰਾਂ ਵੀ ਹੋਣ ਤਾਂ ਘੱਟੋ ਘੱਟ ਪਾਰਟੀ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਟਿਕਟਾਂ ਲੈਣ ਦੇ ਲਈ ਉਹਨਾਂ ਦੀ ਮਾੜੀ ਮੋਟੀ ਅਹਿਮੀਅਤ ਬਣੀ ਰਹੇ। ਕੁੱਲ 23 ਸੀਟਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦੀਆਂ, ਉਹਨਾਂ ਦੇ ਵਿੱਚੋਂ 6 ਉਮੀਦਵਾਰ ਜਾਂ ਉਹਨਾਂ ਦੇ ਨੇੜਲੇ ਸਾਥੀਆਂ ਨੇ ਬੀਜੇਪੀ ਦੀ ਹਾਈਕਮਾਂਡ ਨੂੰ ਸ਼ਿਕਾਇਤ ਭੇਜ ਦਿੱਤੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਜਾਂ ਕਾਂਗਰਸ ਤੋਂ ਉਨਾ ਖਤਰਾ ਜਾਂ ਨੁਕਸਾਨ ਨਹੀਂ, ਜਿੰਨਾ ਖਤਰਾ ਜਾਂ ਜਿੰਨਾ ਨੁਕਸਾਨ ਆਪਣੀ ਹੀ ਪਾਰਟੀ ਬੀਜੇਪੀ ਦੇ ਲੀਡਰਾਂ ਨੇ ਉਹਨਾਂ ਨੂੰ ਪਹੁੰਚਾ ਦਿੱਤਾ, ਅੰਦਰ ਖਾਤੇ ਜੜੀ ਤੇਲ ਪੂਰਾ ਦਿੱਤਾ ਜੀ। ਕੁਝ ਉਮੀਦਵਾਰ ਤਾਂ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਦਿੱਲੀ ਵੀ ਪਹੁੰਚ ਗਏ ਕਿ ਭਾਈ ਜਾ ਕੇ ਚਿਹਰਾ ਵਿਖਾ ਕੇ ਆਉਂਦੇ ਆ ਕਿ ਕਿੰਨਾ ਉਤਰਿਆ ਹੋਇਆ, ਜਾ ਕੇ ਦੱਸ ਕੇ ਆਉਂਦੇ ਆ ਕਿ ਸਾਡੇ ਨਾਲ ਆਪਣੀ ਪਾਰਟੀ ਦੇ ਬੰਦਿਆਂ ਨੇ ਕੀ ਕੀਤੀ ਤਾਂ ਜੋ ਕੱਲ੍ਹ ਨੂੰ ਨਜ਼ਲਾ ਕਿਸੇ ਹੋਰ ਤੇ ਡਿੱਗਦਾ, ਸਾਰ ਭਾਵੇਂ ਅਸੀਂ ਜਾਈਏ ਜੀ। ਹੁਣ ਇਨ੍ਹਾਂ ਦੇ ਵਿੱਚੋਂ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਨੇ KD ਭੰਡਾਰੀ ਜੀ, ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਈ ਸਥਾਨਕ ਲੀਡਰਾਂ ਦੇ ਉੱਤੇ ਵਿਰੋਧ ਕਰਨ ਦਾ ਜਿਹੜਾ ਉਹ ਦੋਸ਼ ਲਾਇਆ। ਫਗਵਾੜਾ ਤੋਂ ਮੌਜੂਦਾ ਵਿਧਾਇਕ ਨੇ ਸੋਮ ਪ੍ਰਕਾਸ਼ ਕੈਂਤ, ਉਨ੍ਹਾਂ ਨੇ ਸਿੱਧੀਆਂ ਲਿਖਤੀ ਸ਼ਿਕਾਇਤਾਂ ਕੀਤੀਆਂ, ਨਾਮ ਲਿਖ ਲਿਖ ਕੇ ਕਿ ਭਾਈ ਆਹ ਬੰਦਾ ਮੇਰੇ ਹਲਕੇ ਦੇ ਵਿੱਚ ਮੇਰੇ ਖਿਲਾਫ਼ ਭੁਗਤਿਆ, ਪਾਰਟੀ ਵੀ ਆਪਣੀ ਹੈ। ਇਹਦੇ ਤੋਂ ਇਲਾਵਾ ਅਗਲੀ ਗੱਲ ਕਰੀਏ ਤਾਂ ਫਿਰੋਜ਼ਪੁਰ ਤੋਂ ਸੁਖਪਾਲ ਸਿੰਘ ਨੰਨੂ ਨੇ ਜੀ, ਉਹ ਨੰਨੂ ਸਾਹਿਬ ਜਿਨ੍ਹਾਂ ਦੇ ਮੁਕਾਬਲੇ 3-4 ਬੰਦੇ ਹੋਰ ਵੀ ਟਿਕਟ ਲੈਣ ਨੂੰ ਫਿਰਦੇ ਸੀ, ਤੇ ਨੰਨੂ ਸਾਹਿਬ ਨੇ ਵੀ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਹਾਈਕਮਾਂਡ ਦੇ ਕੰਨ ਚ ਪਾਈਆਂ ਕਿ ਮੈਨੂੰ ਹਰਾਉਣ ਦੇ ਲਈ ਭੂਮਿਕਾ ਜਿਹੜੀ ਹੈ ਆਪਣੇ ਬੰਦਿਆਂ ਦੀ ਅਹਿਮ ਹੈ, ਵਿਰੋਧੀਆਂ ਨੇ ਮੇਰਾ ਕੱਖ ਨਹੀਂ ਵਿਗਾੜਿਆ। ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਹਰ ਪਿਛਲੀ ਵਾਰੀ ਵੀ ਗਏ ਸੀ ਤੇ ਸੰਭਾਵਨਾ ਐਤਕੀ ਵੀ ਬਹੁਤੀ ਨਹੀਂ, ਤੇ ਪਿਛਲੀ ਵਾਰੀ ਵੀ ਕਾਰਨ ਭਾਰਤੀ ਜਨਤਾ ਪਾਰਟੀ ਦੀ ਧੜੇਬੰਦੀ ਸੀ ਤੇ ਤਕਰੀਬਨ ਜੇ ਖਾਨਾ ਖਾਲੀ ਹੋਇਆ ਤੇ ਕਾਰਨ ਐਤਕੀ ਵੀ ਉਹੀ ਲਿਖਿਆ ਜਾਊ ਜੇ ਭਾਰਤੀ ਜਨਤਾ ਪਾਰਟੀ ਦੇ ਮਾਫਕ ਨਤੀਜਾ ਨਾ ਆਇਆ ਤਾਂ। ਉਹਨਾਂ ਨੇ ਵੀ ਆਪਣੇ ਸਮਰਥਕਾਂ ਦੇ ਰਾਹੀਂ ਸਖ਼ਤ ਭਾਸ਼ਾ ਵਾਲੀਆਂ ਕੁਝ ਚਿੱਠੀਆਂ ਜਿਹੜੀਆਂ ਉਹ ਦਿੱਲੀ ਨੂੰ ਪਾਤੀਆਂ, ਤਾਰਾਂ ਖੜਕਾਤੀਆਂ। ਸੁਖਨੈਬ ਜੀ, ਰਾਜਪੁਰੇ ਤੋਂ ਹਰਜੀਤ ਸਿੰਘ ਗਰੇਵਾਲ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਅਰਣੇਸ਼ ਸ਼ਾਕਰ, ਇਹ ਦੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ, ਉਹਨਾਂ ਨੇ ਵੀ ਤਕਰੀਬਨ ਇਸੇ ਤਰੀਕੇ ਦਾ ਪ੍ਰਭਾਵ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਤੱਕ ਜਿਹੜਾ ਉਹ ਪਹੁੰਚਦਾ ਕਰ ਦਿੱਤਾ। ਤੇ ਇੰਨਾ ਵੀ ਜ਼ਰੂਰ ਹੈ ਕਿ ਜਿਸ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ, ਜੇ ਭਾਰਤੀ ਜਨਤਾ ਪਾਰਟੀ ਦੀ ਫੱਟੀ ਗਈ ਪੋਚੀ, ਤਾਂ ਉਹਦੇ ਤੋਂ ਬਾਅਦ ਹੋ ਸਕਦਾ ਫਿਰ ਬੀਜੇਪੀ ਦੀ ਹਾਈਕਮਾਂਡ ਕੋਈ ਨਾ ਕੋਈ ਕਮੇਟੀ ਬਣਾ ਕੇ ਪੰਜਾਬ ਭਾਜਪਾ ਦੇ ਉਮੀਦਵਾਰਾਂ ਵੱਲੋਂ ਜਿਹੜੀਆਂ ਸ਼ਿਕਾਇਤਾਂ ਦਿੱਲੀ ਤੱਕ ਪਹੁੰਚੀਆਂ, ਉਹਨਾਂ ਸ਼ਿਕਾਇਤਾਂ ਦੀ ਕੋਈ ਨਾ ਕੋਈ ਜਾਂਚ ਪੜਤਾਲ ਜਿਹੜੀ ਉਹ ਕਰਵਾਦਾ। ਪਰ ਇਹ 3 ਮੁੱਦੇ ਬਹੁਤ ਮਹੱਤਵਪੂਰਨ ਨੇ, ਇਹਨਾਂ 3 ਮੁੱਦਿਆਂ ਦੇ ਉੱਤੇ ਕਿਤੇ ਨਾ ਕਿਤੇ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਉਹ ਨੁਕਸਾਨ ਦੇ ਵਿੱਚ ਜ਼ਰੂਰ ਜਾਏਗੀ ਜੀ। ਮੇਰੇ ਖਿਆਲ ਚ ਹੰਸ ਸਰ ਕਹਿੰਦੇ ਕੋਈ ਸਾਈਡ ਦਾ ਸੌਂਗ ਵੀ ਰਿਕਾਰਡ ਨਾ ਕਰਵਾ ਦੇਣ, ਉਹਨੂੰ ਕਹਿੰਦੇ ਹੋਣਗੇ ਵੋਲਿਊਮ 2 ਕੱਢ ਦਿਓ, ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ।
ਚਲੋ ਬਾਬਾ ਜੀ ਬਾਲ ਜੇ ਮਾੜੇ ਜੇ ਤੁਹਾਨੂੰ ਕਰ ਦਿਓ, ਬਾਕੀ ਤਾਂ ਗੀਤ ਤਾਂ ਪਹਿਲਾਂ ਵੀ ਚੱਲਿਆ ਵਾ ਕਿਸੇ ਹੋਰ ਦੀ ਆਵਾਜ਼ ਚ, ਕਹਿੰਦੇ ਹੁਣ ਇਹੀ ਚਲਾ ਦਿਓ। ਤੇ ਬਸ ਸਾਹਿਬ ਖਬਰਾਂ ਜਿਹੜੀਆਂ ਜੀ ਕਾਫੀ ਧਿਆਨ ਮੰਗਦੀਆਂ ਇਹੋ ਜਿਹੀਆਂ, ਬੜਾ ਕੁਛ ਸਾਡੇ ਸੂਬੇ ਚ ਹੋ ਰਿਹਾ ਔਰ ਰੰਗਲਾ ਪੰਜਾਬ ਬਰਬਾਦ ਹੋਈ ਜਾਂਦਾ, ਕਾਗਜ਼ਾਂ ਚ ਇਹ ਨਹੀਂ ਜਾਂਦਾ ਬਾਦ ਹੋਈ ਜਾਂਦਾ। ਚਰਚਾ ਇਹਨਾਂ ਗੱਲਾਂ ਦੀ ਬੜੀ ਰਹਿੰਦੀ ਹੈ ਜੀ, ਤੇ ਚਰਚਾ ਇਹ ਹੈ ਜੀ ਕਿ ਸੱਤਾਧਾਰੀਆਂ ਦੀਆਂ ਬੱਸਾਂ ਵੀ ਕਾਫੀ ਚਰਚਾ ਚ ਹੈ ਇਸ ਵੇਲੇ ਸੁਖਮੇਵ ਜੀ। ਬੱਸਾਂ ਜਿਹੜੀਆਂ ਨੇ ਉਹ ਤਾਂ ਬੱਸਾਂ ਇਹਨੇ ਜਿੱਧਰ ਨੂੰ ਡਰਾਈਵਰ ਲੈ ਗਿਆ ਉਧਰ ਨੂੰ ਚਲੇ ਜਾਣਗੀਆਂ। ਮਸਲਾ ਤੇ ਇਹਨਾਂ ਨੂੰ ਸੀਟ ਦੇ ਉੱਤੇ ਬੈਠ ਕੇ ਚਲਾਉਣ ਵਾਲਿਆਂ ਦਾ ਤੇ ਸੀਟ ਦੇ ਉੱਤੇ ਬੈਠਣ ਵਾਲਿਆਂ ਦਾ, ਸਟੇਰਿੰਗ ਘੁਮਾਉਣ ਵਾਲਿਆਂ ਦਾ, ਕਿ ਉਹਨਾਂ ਦਾ ਸਟੇਰਿੰਗ ਉੱਪਰੋਂ ਘੁਮਾਉਂਦਾ ਕੌਣ ਹੈ। ਹੁਣ ਪੰਜਾਬ ਦੇ ਜਿਹੜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਨੇ, ਉਹਨਾਂ ਦੇ ਕਈ ਡਰੀਮ ਪ੍ਰੋਜੈਕਟ ਰਹੇ ਪਿਛਲੇ 50 ਸਾਲਾਂ ਚ ਪੰਜਾਬ ਚ। ਪਾਣੀ ਵਾਲੀ ਬੱਸ ਚਲਾਉਣੀ ਹੈ, ਪੰਜਾਬ ਨੂੰ ਬਿਜਲੀ ਦੇ ਮਾਮਲੇ ਦੇ ਵਿੱਚ ਸਰਪਲਸ ਸੂਬਾ ਬਣਾਉਣਾ, ਚੰਡੀਗੜ੍ਹ ਦੇ ਨੇੜਲਾ ਜਿਹੜਾ ਮੋਹਾਲੀ ਸੂਬਾ ਸੋਰੀ ਕਸਬਾ ਜਾਂ ਸ਼ਹਿਰ ਕਹਿ ਲਈਏ ਜਾਂ ਜ਼ਿਲ੍ਹਾ ਕਹਿ ਲਈਏ, ਉੱਥੇ ਇੱਕ ਬਹੁਤ ਵਧੀਆ ਕਹਿੰਦੇ ਸੀ ਅਸੀਂ ਬੱਸ ਅੱਡਾ ਬਣਾਉਣਾ ਤੇ ਐਸਾ ਬਣਾਉਣਾ ਦੁਨੀਆ ਦੇਖਦੀ ਰਹਿ ਜੂ, ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਐਸਾ ਬੱਸ ਅੱਡਾ ਨਹੀਂ ਹੋਣਾ। ਏਅਰਪੋਰਟ ਵਰਗੀਆਂ ਸਹੂਲਤਾਂ ਦੇਣ ਦਾ ਦਾਅਵਾ ਸਟੇਜਾਂ ਦੇ ਉੱਤੋਂ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਈ ਵਾਰ ਕਰ ਚੁੱਕੇ ਆ। ਹੁਣ ਜਦੋਂ ਇਹ ਬੱਸ ਅੱਡਾ ਤਿਆਰ ਹੋਣ ਲੱਗਾ ਸੀ, ਜਿਹੜੀ ਕੰਪਨੀ ਨੂੰ ਦੇਤਾ ਠੇਕਾ, ਪਹਿਲਾਂ ਤਾਂ ਦੂਸਰੀ ਮੰਜ਼ਿਲ ਦਾ ਲੈਂਟਰ ਪਾਉਂਦੇ ਸੀ ਤਾਂ ਲੈਂਟਰ ਪਾਉਂਦੇ ਪਾਉਂਦੇ ਉਹ ਡਿੱਗ ਪਿਆ, ਰੌਲਾ ਰੱਪਾ ਬਹੁਤ ਪਿਆ ਕਿ ਭਾਈ ਇਹ ਜਿਹੜਾ ਹੁਣੇ ਡਿੱਗੀ ਜਾਂਦਾ ਤੇ ਬਾਅਦ ਵਿੱਚ ਕਿੰਨੀ ਕੁ ਦੇਰ ਬੱਸ ਅੱਡਾ ਖੜਾ ਰਹੂ। ਫਿਰ ਕਈ ਮਹੀਨੇ ਕੰਮ ਰੁਕਿਆ ਰਿਹਾ, ਕੰਪਨੀ ਕੰਮ ਛੱਡ ਕੇ ਭੱਜਣ ਵਾਲੀ ਸੀ। ਉਹਦੇ ਤੋਂ ਬਾਅਦ ਜਦੋਂ ਇਲੈਕਸ਼ਨ ਨੇੜੇ ਤੇੜੇ ਆਉਂਦੀ ਨਜ਼ਰ ਆਈ ਤਾਂ ਫਿਰ ਇੱਕ ਵਾਰ ਕੰਮ ਬਦਲ ਕੇ ਦਿੱਤਾ, ਚਲੋ ਹੌਲੀ ਸਹੀ ਜੇ ਕਰਕੇ ਇਹ ਬੱਸ ਅੱਡਾ ਜਿਹੜਾ ਉਹ ਤਕਰੀਬਨ ਪਹਿਲਾ ਪੜਾਅ ਮੁਕੰਮਲ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਮੋਹਾਲੀ ਆਏ ਤੇ ਉਹਨਾਂ ਨੇ ਬੱਸ ਅੱਡੇ ਦਾ ਉਦਘਾਟਨ ਵੀ ਕਰ ਦਿੱਤਾ। ਤੇ ਜਿਸ ਦਿਨ ਉਹਨਾਂ ਨੇ ਉਦਘਾਟਨ ਕੀਤਾ, ਉਸ ਦਿਨ ਤੋਂ ਬਾਅਦ ਹੁਣੇ ਲੱਗਣ ਲੱਗ ਪਿਆ ਕਿ ਇੱਕ ਪਾਸੇ ਤਾਂ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ, ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਪ੍ਰੋਜੈਕਟ ਨੂੰ ਇੰਨਾ ਵੱਡਾ ਕਰਕੇ ਪੇਸ਼ ਕਰਦੇ ਆ ਕਿ ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡੀ ਮੱਲ ਮਾਰੀ ਹੋਵੇ, ਤੇ ਦੂਜੇ ਪਾਸੇ ਉਹਨਾਂ ਦੀ ਹੀ ਮਾਲਕੀ ਵਾਲੀਆਂ ਕੁਝ ਇੱਕ ਬੱਸਾਂ ਦੇ ਜਿਹੜੇ ਡਰਾਈਵਰ ਕੰਡਕਟਰ ਨੇ ਉਹ ਇਸ ਸਾਰੇ ਪ੍ਰੋਜੈਕਟ ਨੂੰ ਢਹਿ ਢੇਰੀ ਕਰਨ ਦੇ ਵਿੱਚ ਲੱਗੇ ਹੋਏ ਨੇ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਮੋਹਾਲੀ, ਉਹਨਾਂ ਨੇ ਮੋਹਾਲੀ ਦੇ ਪੁਰਾਣੇ ਬੱਸ ਅੱਡੇ ਨੂੰ ਡੀ ਨੋਟੀਫਾਈ ਕਰਕੇ ਨਵੇਂ ਬੱਸ ਅੱਡੇ ਤੋਂ ਹੀ ਬੱਸਾਂ ਚਲਾਉਣ ਦਾ ਹੁਕਮ ਜਾਰੀ ਕੀਤਾ ਹੋਇਆ ਕਿ ਪੁਰਾਣੇ ਬੱਸ ਅੱਡੇ ਤੇ ਕੋਈ ਬੱਸ ਨਹੀਂ ਲੈ ਕੇ ਜਾਊਗਾ, ਕੋਈ ਸਵਾਰੀ ਨਹੀਂ ਉੱਥੋਂ ਚੜੇਗੀ, ਨਵੇਂ ਬੱਸ ਅੱਡੇ ਤੇ ਸਾਰੀਆਂ ਸਵਾਰੀਆਂ ਜਾਣਗੀਆਂ, ਕਾਊਂਟਰ ਬਣੇ ਹੋਏ ਨੇ, ਸਾਰੀਆਂ ਬੱਸਾਂ ਸਵਾਰੀਆਂ ਨੂੰ ਉੱਥੋਂ ਚੁੱਕਣਗੀਆਂ, ਉੱਥੇ ਲਾਉਣਗੀਆਂ। ਪਰ ਹੁਣ ਬਾਦਲ ਪਰਿਵਾਰ ਦੀ ਹਿੱਸੇਦਾਰੀ ਵਾਲੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਨੇ ਨਵਾਂ ਬੱਸ ਅੱਡਾ ਛੱਡ ਕੇ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਤੇ ਬੱਸਾਂ ਲਿਜਾਣੀਆਂ ਸ਼ੁਰੂ ਕਰਤੀਆਂ। ਇਹ ਸਿੱਧੇ ਤੌਰ ਦੇ ਉੱਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਹੈ, ਗੈਰ ਕਾਨੂੰਨੀ ਵੀ ਹੈ। ਪਰ ਜਿਹੜੀਆਂ ਬੱਸਾਂ ਪੁਰਾਣੇ ਟਰਮੀਨਲ ਤੋਂ ਚੱਲ ਰਹੀਆਂ ਸਵਾਰੀਆਂ ਉਤਾਰ ਰਹੀਆਂ, ਸਵਾਰੀਆਂ ਲੈ ਰਹੀਆਂ, ਉਹਨਾਂ ਬੱਸਾਂ ਦੇ ਕਰਮਚਾਰੀਆਂ ਨੂੰ ਜਦੋਂ ਪੱਤਰਕਾਰ ਭਾਈਚਾਰੇ ਨੇ ਜਾ ਕੇ ਪੁੱਛਿਆ ਕਿ ਭੂਰਾ ਤੇ ਦੱਸੋ ਤੁਸੀਂ ਕੀ ਕਰ ਰਹੇ ਹੋ, ਡਿਪਟੀ ਕਮਿਸ਼ਨਰ ਦਾ ਹੁਕਮ ਹੈ ਕਿ ਤੁਸੀਂ ਇੱਥੇ ਬੱਸ ਕੋਈ ਲਿਆ ਨਹੀਂ ਸਕਦੇ। ਅੱਗੇ ਅਗਲਿਆਂ ਨੂੰ ਵੀ ਭਰੋਸਾ ਹੁੰਦਾ ਜਦੋਂ ਥਾਪੀ ਵੱਡੀ ਹੋਵੇ ਪਿੱਛੇ, ਉਹ ਕਹਿੰਦੇ ਜੀ ਭਾਵੇਂ ਡੀਸੀ ਨੂੰ ਸ਼ਿਕਾਇਤ ਕਰਨੀ ਡੀਸੀ ਨੂੰ ਕਰ ਦਿਓ, SSP ਨੂੰ ਦੱਸਣਾ SSP ਨੂੰ ਦੱਸਦੇ, ਸਾਨੂੰ ਕੋਈ ਰੋਕ ਨਹੀਂ ਸਕਦਾ ਬਾਦਲ ਸਾਹਿਬ ਦੀਆਂ ਬੱਸਾਂ। ਹੁਣ ਪੱਤਰਕਾਰ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਹੋਰਾਂ ਦੇ ਕੋਲ ਗਏ, SSP ਕੁਲਦੀਪ ਸਿੰਘ ਚਹਿਲ ਹੋਰਾਂ ਦੇ ਕੋਲ ਗਏ, ਉਹ ਕਹਿੰਦੇ ਕੋਈ ਗੱਲ ਨੀ, ਜੇ ਇਦਾਂ ਦੀ ਗੱਲ ਹੈ ਚੰਗਾ ਹੋਇਆ ਤੁਸੀਂ ਵੇਲੇ ਸਿਰ ਦੱਸਤਾ, ਅਸੀਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੂੰ ਵੀ ਦੱਸਦੇ ਹਾਂ, ਅਸੀਂ ਸਥਾਨਕ ਪ੍ਰਸ਼ਾਸਨ ਦੀ ਵੀ ਡਿਊਟੀ ਲਾਉਂਦੇ ਹਾਂ ਕਿ ਉਹ ਜਾ ਕੇ ਉੱਥੇ ਚੱਕਰ ਚੁੱਕਰ ਮਾਰਿਆ ਕਰਨ, ਜੇ ਉੱਥੇ ਬੱਸ ਕਿਸੇ ਵੀ ਕੰਪਨੀ ਦੀ ਖੜੀ ਮਿਲਦੀ ਹੈ ਤਾਂ ਉਹਦਾ ਚਲਾਨ ਕੱਟਣ ਨੂੰ ਜੁਰਮਾਨੇ ਕਰਨ। ਪਰ ਨਾ ਤਾਂ ਇੰਨੀ ਛੇਤੀ ਜੁਰਮਾਨੇ ਹੋਣੇ, ਨਾ ਚਲਾਨ ਕੱਟੇ ਜਾਣੇ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਅਜਿਹਾ ਹੋ ਕਿਉਂ ਰਿਹਾ। ਬਹੁਤੀ ਸੰਭਾਵਨਾ ਸੁਖਨੈਬ ਜੀ ਇਹ ਲੱਗਦੀ ਹੈ ਕਿ ਜਿਹੜਾ ਪਹਿਲਾ ਬੱਸ ਅੱਡਾ ਉਹ ਮੋਹਾਲੀ ਦੇ ਲੋਕਾਂ ਦੀ ਪਹੁੰਚ ਦੇ ਵਿੱਚ ਜ਼ਿਆਦਾ ਸੀ, ਉੱਥੇ ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਆਪਣੇ ਕੰਮ ਕਾਰ ਨਿਬੇੜ ਕੇ ਪਹੁੰਚਣਾ ਥੋੜਾ ਸੌਖਾ ਸੀ ਤੇ ਉੱਥੇ ਇਹਦੀ ਸੰਭਾਵਨਾ ਸੀ। ਜਿਵੇਂ ਪੁੱਡਾ ਦਾ ਦਫ਼ਤਰ ਕੋਲ ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਦਫ਼ਤਰ ਕੋਲ ਹੈ, ਉੱਥੇ ਸਟੇਡੀਅਮ ਵੀ ਨੇੜੇ ਹੈ, ਉੱਥੇ YPS ਸਕੂਲ ਵੀ ਕੋਲ ਹੈ, ਸ਼ਾਇਦ ਲੋਕਾਂ ਨੂੰ ਉਸ ਬੱਸ ਅੱਡੇ ਤੇ ਆਉਣਾ ਜਾਣਾ ਨਵੇਂ ਬੱਸ ਅੱਡੇ ਦਾ ਸੁਖਾਲਾ, ਨਵਾਂ ਬੱਸ ਅੱਡਾ ਨੁਕਰਿਆ, ਉੱਥੇ ਸ਼ਹਿਰ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਬੱਸ ਅੱਡੇ ਤੱਕ ਪਹੁੰਚਣਾ ਬਹੁਤ ਔਖਾ। ਬਹੁਤੀਆਂ ਸ਼ਾਮ ਦੀਆਂ ਜਿਹੜੀਆਂ ਉਹ ਬੱਸਾਂ ਦੀ ਸਰਵਿਸ ਵੀ ਨਹੀਂ ਕਿ ਉੱਥੋਂ ਬੱਸ ਨੂੰ ਜਿਹੜੇ ਆ ਉੱਥੋਂ ਬੱਸ ਅੱਡੇ ਤੋਂ ਲੋਕਾਂ ਨੂੰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਲਿਜਾਣ ਦੇ ਲਈ ਕੋਈ ਬਕਾਇਦਾ ਪ੍ਰਬੰਧ ਵੀ ਨਹੀਂ ਕੀਤਾ ਹੋਇਆ। ਆਟੋ ਚਾਲਕ ਜਿਹੜੇ ਮਨ ਮਰਜ਼ੀ ਦਾ ਕਿਰਾਇਆ ਵਸੂਲਦੇ ਆ ਤੇ ਬਹੁਤੇ ਲੋਕ ਜਿਹੜੇ ਆ ਰਾਹਾਂ ਦੇ ਵਿੱਚ ਉਹ ਬੱਸਾਂ ਦੇ ਵਿੱਚ ਚੜ੍ਹਨ ਦੇ ਉੱਤੇ ਉਹ ਵੱਧ ਤਰਜੀਹ ਦਿੰਦੇ ਆ। ਸ਼ਾਇਦ ਇਸੇ ਕਰਕੇ ਪੁਰਾਣੇ ਬੱਸ ਅੱਡੇ ਨੂੰ ਸੱਤਾਧਾਰੀਆਂ ਦੀਆਂ ਬੱਸਾਂ ਨੇ ਜਿਹੜਾ ਇੱਕ ਵਾਰੀ ਫਿਰ ਪ੍ਰਯੋਗ ਕਰਨਾ ਸ਼ੁਰੂ ਕਰਤਾ ਸੀ ਕਿ ਭਾਈ ਬਾਕੀ ਆਪਾਂ ਇੱਧਰ ਆਉਣ ਕੋਈ ਨਹੀਂ ਦੇਣਾ, ਆਪਾਂ ਬਹੁਤੀਆਂ ਸਵਾਰੀਆਂ ਇੱਥੋਂ ਚੱਕਾਂਗੇ, ਨਾਲੇ
ਚੋਪੜੀਆਂ ਤੇ ਨਾਲੇ ਦੋ ਦੋ ਇੱਕ ਤਾਂ ਸਰਕਾਰ ਦੇ ਹਿੱਸੇ ਇਹ ਗੱਲ ਆ ਜੋ ਕਿ ਪਾਈ ਅਸੀਂ ਦੇਖੋ ਆਧੁਨਿਕ ਸਹੂਲਤਾਂ ਵਾਲਾ ਦੁਨੀਆਂ ਦਾ ਬਹੁਤ ਵੱਡਾ ਇੱਕ ਬੱਸ ਅੱਡਾ ਬਣਾਤਾ ਬੱਸ ਅੱਡਾ ਵੀ ਏਸੀ ਤੇ ਦੂਜੇ ਪਾਸੇ ਜਿਹੜੀਆਂ ਬੱਸਾਂ ਉਹ ਵੱਧ ਤੋਂ ਵੱਧ ਸਵਾਰੀਆਂ ਨੂੰ ਲੈ ਕੇ ਟਿਕਟਾਂ ਠਾ ਟਿਕਟਾਂ ਕੱਟੀ ਜਾਣਗੀਆਂ ਜੀ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਵਾਰ ਸਾਹਿਬ ਨਾਲੇ ਕਹਿੰਦੇ ਹੋਣਗੇ ਕਿ ਅਸੀਂ ਪੁਰਾਣਾ ਜਿਹੜਾ ਹੈਗਾ ਸਭਿਆਚਾਰ ਉਸ ਦੀ ਸੰਭਾਲ ਕਰ ਰਹੇ ਹਾਂ ਔਰ ਪੁਰਾਣੇ ਮੁੱਦੇ ਆ ਜਿਹੜੇ ਸਾਡੇ ਕੋਲ ਉਵੇਂ ਦੇ ਉਵੇਂ ਰੱਖੇ ਹੋਏ ਆ ਕਿਉਂਕਿ ਮੁੱਦੇ ਵੀ ਤਾਂ ਨੀ ਨਾ ਛੱਡਣੇ ਚਲੋ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ ਜੀ ਕਹਿੰਦੇ ਹੋਟਲ ਕਾਰੋਬਾਰੀ ਚਲੋ ਖੈਰ ਦੇਰ ਆਏ ਦਰੁਸਤ ਆਏ ਕੋਈ ਤਾਂ ਆਏ ਸੁਖਨੈਬ ਜੀ ਆਪਾਂ ਦੋ ਵਾਰ ਪਹਿਲਾਂ ਵੀ ਗੱਲ ਕੀਤੀ ਕਿ ਆਲੂ ਦੀ ਫਸਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੋਈ ਹੈ ਕਾਫੀ ਵਧੀਆ ਆਲੂ ਦੀ ਪੈਦਾਵਾਰ ਹੈ ਚੰਗੀ ਗੱਲ ਹੀ ਹੁੰਦੀ ਹੈ ਕਿ ਕਿਸਾਨ ਜਿਹੜੀ ਫਸਲ ਬੀਜੇ ਜਿਸ ਤਰੀਕੇ ਦੀ ਮਿਹਨਤ ਕਰੇ ਉਹਨੂੰ ਮਿਹਨਤ ਦਾ ਮੁੱਲ ਵੀ ਮਿਲੇ ਜੀ ਮਿਹਨਤ ਦਾ ਮੁੱਲ ਕੁਦਰਤ ਨੇ ਤਾਂ ਦਿੱਤਾ ਜਿੰਨਾ ਕੁ ਕਿਸਾਨ ਨੇ ਵਧੀਆ ਬੀਜ ਬੀਜਿਆ ਜਿੰਨਾ ਕੁ ਪਾਣੀ ਦਿੱਤਾ ਖਾਦਾਂ ਪਾਈਆਂ ਗੋਡੀ ਕੀਤੀ ਸਾਂਭ ਕੀਤੀ ਵੱਟਾਂ ਬਣਾਈਆਂ ਉਹਦੇ ਹਿਸਾਬ ਨਾਲ ਕੁਦਰਤ ਨੇ ਕੋਈ ਕਸਰ ਨਹੀਂ ਛੱਡੀ ਇੱਕ ਇੱਕ ਆਲੂ ਨੂੰ 15-15 16-16 ਆਲੂ ਅੱਗੇ ਪੈ ਗਏ ਕੁਦਰਤ ਨੇ ਆਪਣਾ ਮੁੱਲ ਦਿੱਤਾ ਮੋੜ ਅੱਗੋਂ ਗੱਲ ਆਉਣੀ ਸੀ ਸਰਕਾਰਾਂ ਦੀ ਪ੍ਰਸ਼ਾਸਨ ਦੀ ਵਪਾਰੀਆਂ ਦੀ ਮਨੁੱਖ ਦੀ ਆਲੂ ਦਾ ਮੁੱਲ ਜਿੱਥੋਂ ਕਿਸਾਨ ਨੂੰ ਮਿਲਣਾ ਸੀ ਉੱਥੇ ਕਿਸਾਨ ਮੂਹਰੇ ਮੁੜ ਪਿਆ 2.25 ਰੁਪਏ ਕਿਲੋ ਦੇ ਵਿੱਚ ਪੈਂਦਾ ਇੱਕ ਆਲੂ ਜੇ ਆਪਾਂ ਆਲੂ ਨੂੰ ਬੀਜਣ ਤੋਂ ਲੈ ਕੇ ਆਲੂ ਦੀ ਪਟਾਈ ਕਰਨ ਤੋਂ ਲੈ ਕੇ ਉਹਨੂੰ ਮੰਡੀ ਤੱਕ ਪਹੁੰਚਾਉਣ ਦੀ ਗੱਲ ਕਰੀਏ ਤੇ ਕਿਸਾਨਾਂ ਦਾ ਆਲੂ 2 ਰੁਪਏ ਕਿਲੋ ਨੂੰ ਵਿਕੀ ਜਾਂਦਾ 2.25 ਰੁਪਏ ਪ੍ਰਤੀ ਕਿਲੋ ਦੇ ਪਿੱਛੇ ਘਾਟਾ ਕਿਸਾਨ ਸਹੇ ਕਿੱਦਾਂ ਇਹਦੇ ਤੋਂ ਪਹਿਲਾਂ ਵੀ ਪੰਜਾਬ ਐਗਰੋ ਨੇ ਐਲਾਨ ਕੀਤਾ ਸੀ ਕਿ ਅਸੀਂ 15 ਮਾਰਚ ਤੋਂ ਰੂਸ ਨੂੰ ਆਲੂ ਭੇਜਾਂਗੇ ਕਿਸਾਨ ਦੇ ਖੇਤਾਂ ਦੇ ਵਿੱਚੋਂ ਆਲੂ ਖਰੀਦਾਂਗੇ 5 ਰੁਪਏ ਕਿਲੋ ਇਹ ਬੜੀ ਆਪਣੇ ਆਪ ਚ ਵੱਡੀ ਕੀਮਤ ਹੈ ਕਿੱਥੇ ਕਿਸਾਨ ਘਾਟੇ ਚ ਜਾਂਦਾ ਕਿੱਥੇ ਕਿਸਾਨ ਨੂੰ 2-4 ਰੁਪਏ ਕਿਲੋ ਮਗਰ ਬਚਦੇ ਆ ਪਰ ਉਧਰ ਦੂਸਰੇ ਪਾਸੇ ਹੁਣ ਇੱਕ ਬਹੁਤ ਅਹਿਮ ਕਦਮ ਲੱਗਦਾ ਪੰਜਾਬ ਦੇ ਹੋਟਲ ਤੇ ਰੈਸਟੋਰੈਂਟ ਮਾਲਕ ਜਿਹੜੇ ਨੇ ਉਹਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਹੱਕ ਚ ਆ ਕੇ ਹਾਦਾ ਨਾਰਾ ਮਾਰਿਆ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਕਿਸਾਨਾਂ ਤੋਂ ਸਿੱਧੇ ਆਲੂ ਖਰੀਦਾਂਗੇ ਬਾਕੀ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਭਾਈ ਤੁਹਾਡੇ ਘਰਾਂ ਦੇ ਵਿੱਚ ਕੋਈ ਸਮਾਗਮ ਹੁੰਦਾ ਤੁਹਾਨੂੰ ਕਿਤੇ ਵੀ ਆਲੂ ਦੀ ਲੋੜ ਹੈ ਤੁਸੀਂ ਵਪਾਰੀਆਂ ਤੋਂ ਦੁਕਾਨਦਾਰਾਂ ਦੇ ਕੋਲ ਨਾ ਜਾ ਕੇ ਕਿਸਾਨਾਂ ਤੋਂ ਆਲੂ ਖਰੀਦੋ ਜਿਹਦੇ ਨਾਲ ਕਿਸਾਨ ਬਚ ਸਕੇ ਹੁਣ ਆਲੂ ਖਰੀਦਣਗੇ ਕਿਸਾਨਾਂ ਤੋਂ ਕਿਸਾਨਾਂ ਨੂੰ 4 ਪੈਸੇ ਬਚਣਗੇ ਆਰਥਿਕ ਸੰਕਟ ਤੋਂ ਥੋੜਾ ਬਹੁਤ ਕਿਸਾਨ ਸ਼ਾਇਦ ਬਚ ਜੂ ਫੈਡਰੇਸ਼ਨ ਆਫ ਹੋਟਲਸ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੁਰਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣੀ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਤੇ ਐਲਾਨ ਕਰ ਦਿੱਤਾ ਕਿ ਅਸੀਂ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਲਈ ਹੈ ਸਿੱਧੀ ਖਰੀਦ ਦਾ ਸਮਝੌਤਾ ਕਰ ਲਿਆ ਹਰ ਰੋਜ਼ 150 ਕੁਇੰਟਲ ਆਲੂ 6 ਰੁਪਏ ਤੋਂ ਲੈ ਕੇ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਇੱਕ ਵਿਸ਼ੇਸ਼ ਥਾਂ ਦੇ ਉੱਤੇ ਖਰੀਦਿਆ ਜਾਊਗਾ ਕਿਸਾਨ ਆਪਣਾ ਆਲੂ ਪੁੱਟ ਕੇ ਟਰਾਲੀਆਂ ਦੇ ਵਿੱਚ ਲੱਦ ਕੇ ਉੱਥੇ ਲਿਆਊਗਾ ਤੇ ਉੱਥੋਂ ਜਿਹੜੇ ਹੋਟਲ ਤੇ ਰੈਸਟੋਰੈਂਟ ਮਾਲਕ ਨੇ ਉਹਨਾਂ ਤੋਂ ਆਲੂ ਖਰੀਦ ਲਿਆ ਕਰਨਗੇ ਤੇ ਨਾਲ ਦੀ ਨਾਲ ਸੁਰਿੰਦਰ ਸਿੰਘ ਹੋਰਾਂ ਨੇ ਵੀ ਦੱਸਿਆ ਉਹ ਕਹਿੰਦੇ ਕਿ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ 191 ਹੋਟਲ ਤੇ ਰੈਸਟੋਰੈਂਟ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਹੋਟਲਾਂ ਤੇ ਰੈਸਟੋਰੈਂਟਾਂ ਦੇ ਵਿੱਚ ਆਪਣਾ ਭੋਜਨ ਬਣਾ ਕੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਪਰੋਸਿਆ ਜਾਂਦਾ ਤੇ ਆਲੂ ਦੀ ਕਹਿੰਦੇ ਖਪਤ ਬਹੁਤ ਹੁੰਦੀ ਹੈ ਉਹਨਾਂ ਨੇ ਵੀ ਕਹਿ ਦਿੱਤਾ ਕਹਿੰਦੇ ਸਾਨੂੰ ਪਤਾ ਕਿ 150 ਕੁਇੰਟਲ ਰੋਜ਼ ਦਾ ਆਲੂ ਕੁਝ ਵੀ ਨਹੀਂ ਕਿਸਾਨ ਦੀ ਪੈਦਾਵਾਰ ਤਾਂ ਬਹੁਤ ਹੈ ਇਹਦੇ ਵਿੱਚ ਪੂਰੀ ਵੀ ਨਹੀਂ ਕੱਟੀ ਜਾਣੀ ਪਰ ਉਹ ਕਹਿੰਦੇ ਫੇਰ ਵੀ ਅਸੀਂ ਇਹ ਤੇ ਇੱਕ ਸੰਕੇਤ ਦੇਣ ਲੱਗੇ ਹਾਂ ਕਿ ਜੇ ਪੰਜਾਬ ਦੇ ਲੋਕ ਪੰਜਾਬ ਦੇ ਕਾਰੋਬਾਰੀ ਇਸ ਮੁੱਦੇ ਤੇ ਕਿਸਾਨਾਂ ਦਾ ਸਾਥ ਦੇਣ ਤਾਂ ਸ਼ਾਇਦ ਉਹਨਾਂ ਨੂੰ ਥੋੜਾ ਬਹੁਤ ਪ੍ਰਵਾਸ ਜਿਹੜਾ ਉਹ ਮਿਲੇਗਾ ਜ਼ਰੂਰ ਹੁਣ ਸੁਖਨੈਬ ਜੀ ਇੱਕ ਗੱਲ ਤਾਂ ਪੱਕੀ ਹੈ ਇੱਕ ਪਾਸੇ ਤਾਂ ਜਿੱਥੇ ਕਿਸਾਨ ਇਕੱਲਾ ਹੀ ਰੁਲਦਾ ਸੀ ਭਾਵੇਂ ਉਹ ਆਲੂ ਦੀ ਪਟਾਈ ਦੀ ਗੱਲ ਹੋਵੇ ਮੰਡੀ ਦੀ ਗੱਲ ਹੋਵੇ 4 ਆਲੂ ਪੰਜਾਬ ਐਗਰੋ ਵਾਲੇ ਲੈ ਕੇ ਜਾਣਗੇ 1.5 ਆਲੂ ਜੇ ਹੋਟਲ ਤੇ ਕਾਰੋਬਾਰੀ ਲੈ ਕੇ ਜਾਣਗੇ ਘੱਟੋ ਘੱਟ ਉਹਦੇ ਨਾਲ ਜੇ ਆਰਥਿਕ ਘਾਟਾ ਬਹੁਤਾ ਜ਼ਿਆਦਾ ਪੂਰਾ ਨਾ ਵੀ ਹੋਏਗਾ ਤਾਂ ਵੀ ਸੁਖਨੈਬ ਜੀ ਹੌਸਲਾ ਤੇ ਹਿੰਮਤ ਬਹੁਤ ਮਿਲੂ ਕਿਸਾਨ ਨੂੰ ਇਹ ਲੱਗੂ ਕਿ ਮੇਰੇ ਨਾਲ ਮੇਰੇ ਆਪਣੇ ਖੜੇ ਨੇ ਪੰਜਾਬ ਦਾ ਉਹ ਬੰਦਾ ਭਾਵੇਂ ਰੈਸਟੋਰੈਂਟ ਚਲਾਉਂਦਾ ਭਾਵੇਂ ਹੋਟਲ ਚਲਾਉਂਦਾ ਭਾਵੇਂ ਪੰਜਾਬ ਸਰਕਾਰ ਹੈ ਜੇ ਪੰਜਾਬ ਦੇ ਕਿਸਾਨ ਨੂੰ ਲੱਗੂ ਕਿ ਭਾਈ ਹਬੀ ਨਬੀ ਦੇ ਵਿੱਚ ਮੇਰਾ ਅੰਗ ਸੰਗ ਇਹ ਵੇਖਦੇ ਹੈ ਤਾਂ ਹੋ ਸਕਦਾ ਫਿਰ ਗੱਲ ਦੇ ਵਿੱਚ ਰੱਸਾ ਪਾ ਕੇ ਫਾਹਾ ਲੈਣ ਦੀ ਜਗ੍ਹਾ ਪੰਜਾਬ ਦਾ ਕਿਸਾਨ ਮਾੜੀ ਮੋਟੀ ਹੋਰ ਹਿੰਮਤ ਕਰੇ ਉਹ ਨਾਲ ਕੁਝ ਨਾ ਕੁਝ ਐਸਾ ਕੰਮ ਕਰ ਥੋੜਾ ਬਹੁਤ ਸ਼ੁਰੂ ਕਰੇ ਜਿਹਦੇ ਨਾਲ ਕਿ ਉਹਨੂੰ ਆਰਥਿਕ ਤੌਰ ਤੇ ਮਾੜਾ ਮੋਟਾ ਸਹਾਰਾ ਮਿਲੇ ਉਹ ਕੋਈ ਹੋਰ ਬਦਲਵੀਂ ਫਸਲ ਦੇ ਬਾਰੇ ਸੋਚਣ ਵਿਚਾਰਨ ਲੱਗ ਸਕਦਾ ਕਿਸੇ ਯੂਨੀਵਰਸਿਟੀ ਦੇ 4 ਗੇੜੇ ਮਾਰ ਸਕਦਾ ਪਰ ਜੇ ਉਹ ਨਿਰਾਸ਼ ਹੀ ਹੋ ਗਿਆ ਉਹਨੂੰ ਕਿਸੇ ਪਾਸਿਓਂ ਢੋਈ ਮਿਲੀ ਨਾ ਜਿਹੜਾ ਵੀ ਬੰਦਾ ਉਹਦੇ ਵੱਲ ਵੇਖੂਗਾ ਬੂਹਾ ਹੀ ਢੋਲੂ ਕਿ ਭਾਈ ਕਿਤੇ 4 ਪੈਸੇ ਨਾ ਮੰਗ ਲੈ ਤੇ ਇਹ ਨਾ ਕਹਿ ਦੇ ਕਿ ਭਾਈ ਅੱਜ ਮੇਰੇ ਨਾਲ ਆਹ ਕੰਮ ਕਰਾ ਦੇ ਜਾਂ ਮੈਂ ਤੇਰੇ ਪੈਸੇ ਹਾਲ ਦੀ ਘੜੀ ਨਹੀਂ ਦੇ ਸਕਦਾ ਸੋ ਏਦਾਂ ਦੀ ਗੁਰਬਤ ਦੇ ਵਿੱਚੋਂ ਨਿਰਾਸ਼ਾਮਈ ਮਾਹੌਲ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣ ਦੇ ਲਈ ਹੋਟਲ ਤੇ ਰੈਸਟੋਰੈਂਟ ਕਾਰੋਬਾਰੀਆਂ ਦਾ ਕਦਮ ਕੁਝ ਹੱਦ ਤੱਕ ਚੰਗਾ ਵੀ ਲੱਗਾ ਤੇ ਦੂਸਰੇ ਪਾਸੇ ਸੁਖਨੈਬ ਜੀ ਗੱਲ ਇਹ ਵੀ ਆ ਕਿ SGPC ਨੇ ਵੀ ਫੈਸਲਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਕਿ ਜਿੰਨੇ ਗੁਰੂ ਘਰਾਂ ਦੀ ਸੇਵਾ ਸੰਭਾਲ SGPC ਕਰਦੀ ਹੈ ਕਹਿੰਦੇ ਅਸੀਂ ਉਹਨਾਂ ਦੀਆਂ ਕਮੇਟੀਆਂ ਨੂੰ ਵੀ ਹੁਣ ਸੁਨੇਹਾ ਭੇਜ ਦਿੱਤਾ ਕਿ ਤੁਸੀਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਕਿਸਾਨ ਆਲੂ ਦੀ ਪੈਦਾਵਾਰ ਕਰਦੇ ਆ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਉੱਥੋਂ ਤੁਸੀਂ ਆਲੂ ਖਰੀਦੋ
ਸੋ ਵੇਖਦੇ ਹਾਂ ਜੀ ਇਸ ਨਿਰਾਸ਼ਾਮਈ ਮਾਹੌਲ ਨੂੰ ਇਸ ਤਰ੍ਹਾਂ ਦੀ ਅਪਣਾਤੇ ਦੇ ਨਾਲ ਤੋੜਨ ਦੇ ਵਿੱਚ ਪੰਜਾਬ ਦੇ ਲੋਕ ਤੇ ਕਾਰੋਬਾਰੀ ਕਿੰਨਾ ਕੁ ਹੁੰਦੇ ਨੇ ਕਾਮਯਾਬ। ਕੋਸ਼ਿਸ਼ ਬੜੀ ਵਧੀਆ ਜੇ ਹੋ ਜਾਵੇ ਹਨਾ, ਸ਼੍ਰੋਮਣੀ ਕਮੇਟੀ ਚਾਹੇ ਤਾਂ ਉੱਥੋਂ ਆਲੂ ਵਾਲੇ ਪਰੌਂਠੇ ਵੀ ਪਕਾ ਕੇ ਦੇ ਸਕਦੀ ਹੈ, ਕਿਉਂਕਿ ਥੋੜੇ ਜਿਹੇ ਆਲੂ ਹੋਰ ਵੱਧ ਲੱਗ ਜਾਣਗੇ ਸਵੇਰੇ। ਪਰ ਦੂਜੀ ਗੱਲ ਹੈ ਜੀ ਕਿ ਮੈਂ ਨਾ ਯੂਨੀਵਰਸਿਟੀ ਦੇ ਨਾਲ ਕਾਫੀ ਨੇੜਿਓਂ ਜੁੜਿਆ ਰਿਹਾ ਬਾਠ ਸਾਹਿਬ, ਕੁੱਲ ਮਿਲਾ ਕੇ ਉਹੀ ਹੈ ਕਿ ਹੈ ਉੱਥੇ ਸਾਧ ਦੇ ਤਵੀਤਾਂ ਵਾਲਾ ਕੰਮ ਹੀ। ਉਹ ਕਹਿਣਗੇ ਸਾਧ ਦੇ ਤਵੀਤਾਂ ਤੇ ਮੈਂ ਨਹੀਂ ਕਰਨਾ, ਤੈਨੂੰ ਆਪ ਪਊ ਸਾਰਾ ਕੁਛ। ਸਾਡੇ ਕੋਲ ਖੋਜਾਂ ਨਹੀਂ ਹੋਈਆਂ ਉੱਥੇ, ਜਾਂ ਜਿਹੜੀਆਂ ਖੋਜਾਂ ਹੋਈਆਂ ਉਹ ਸਰਕਾਰੀ ਤੌਰ ਦੇ ਉੱਤੇ ਕੁਛ ਦੱਸਦੀਆਂ। ਕੁਛ ਜਿਨਸਾਂ ਦੇ ਬੀਜ ਮਾੜੇ ਹੁੰਦੇ ਨੇ ਕਿਸਾਨਾਂ ਨੂੰ, ਕੇਰਾਂ ਤਾਂ ਉਧਰ ਲਾ ਲਿਆ ਜਾਂਦਾ, ਬਾਅਦ ਵਿਚ ਉਲਝ ਜਾਂਦੇ ਕਿਸਾਨ, ਜਿਹੜੇ ਕਿਤੇ ਨਾ ਕਿਤੇ ਚਾਹੁੰਦੇ ਨੇ ਨਾ ਕਿ ਅਸੀਂ ਖੇਤੀ ਸਾਈਕਲ ਤੋੜੀਏ, ਅਖੀਰ ਦੇ ਵਿਚ ਜਾ ਕੇ ਉਨ੍ਹਾਂ ਦੇ ਸਾਈਕਲ ਦੇ ਵੀ ਵਿਚਾਰੇ ਦੇ ਕੁੱਤੇ ਫੇਲ ਹੋ ਜਾਂਦੇ, ਕਨਫਿਊਜ਼ ਹੋ ਜਾਂਦੇ। ਬਹੁਤ ਥੋੜੇ ਕਿਸਾਨ ਹੈ ਜਿਹੜੇ ਲਾਹਾ ਖੱਟ ਸਕਦੇ ਆ। ਮੇਰੇ ਖਿਆਲ ਦੇ ਵਿਚ ਸਾਰੀਆਂ ਧਿਰਾਂ ਜਿਹੜੀਆਂ ਉਹ ਸਾਨੂੰ ਬਰਤਨ ਤੇ ਲੱਗੀਆਂ ਹੋਈਆਂ, ਸਾਡੇ ਹੱਕ ਚ ਖੜਨ ਵਾਸਤੇ ਜੇ ਕੋਈ ਆਇਆ ਖੁਸ਼ ਆਮਦੀਦ ਕਹਿਣੀ ਬਣਦੀ ਹੈ। ਔਰ ਨਾਲ ਹੀ ਮੈਂ ਦੱਸਾਂ ਜੀ ਕਿ ਐਤਵਾਰ ਦਾ ਦਿਨ ਸੀਗਾ, ਸ਼ਨੀਵਾਰ ਨੂੰ ਉਦੇ ਇਨ੍ਹਾਂ ਨੇ ਕੋਸ਼ਿਸ਼ ਕੀਤੀ ਆਪਣੇ ਜਿਹੜੇ ਹੈ ਫਰੀਦਕੋਟ ਦੇ ਵਿਚ ਜਿਹੜੇ ਕਿਸਾਨ ਪਰਾਲੀ ਸਾੜਦੇ ਸੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਹ ਇਕ ਬੜੀ ਵਧੀਆ ਕੋਸ਼ਿਸ਼ ਸੀ, ਇਹੋ ਜਿਹਾ ਕੁਛ ਵੀ ਹੁੰਦਾ ਰਹਿਣਾ ਚਾਹੀਦਾ ਕਿ ਐਪਰੀਸ਼ੀਏਟ ਹੋ ਜਾਵੇ ਬੰਦਾ ਚਾਰ ਬੰਦਿਆਂ ਚ, ਤੇ ਫਿਰ ਬੱਲੇ ਬੱਲੇ ਵੀ ਹੋ ਜਾਂਦੀ ਹੈ, ਉਹਨੂੰ ਦੇਖ ਕੇ ਕੋਈ ਹੋਰ ਵੀ ਸਿੱਖ ਲੈਂਦਾ। ਬਰਸਾਬ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਜੀ, ਤਾਂ ਪੱਛਮੀ ਬੰਗਾਲ ਸਰਕਾਰ ਦਾ ਕਹਿੰਦੇ ਇਤਿਹਾਸਕ ਫੈਸਲਾ ਆਇਆ ਜੀ ਹੁਣ। ਸੁਖਰਾਜ ਜੀ ਜਿਹੜਾ ਫੈਸਲਾ ਕੀਤਾ ਉਹਦੇ ਵਿਚ ਪੂਰਨਤਾਈਆਂ ਬਹੁਤ ਹੋ ਸਕਦੀਆਂ ਜੀ। ਜਿਹੜਾ ਫੈਸਲਾ ਉਹਦੇ ਵਿਚ ਅਜੇ ਬਹੁਤ ਸਾਰੀਆਂ ਮਦਾਂ ਜੋੜਨ ਦੀ ਸੰਭਾਵਨਾ ਵੀ ਹੋ ਸਕਦੀ, ਗੁੰਜਾਇਸ਼ ਵੀ ਹੋ ਸਕਦੀ ਹੈ ਜੀ। ਪਰ ਇਕ ਗੱਲ ਪੱਕੀ ਹੈ ਕਿ ਜਦੋਂ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਤੇ ਸਾਰੇ ਉੱਤੇ ਸੁਣਨ ਵਾਲੀ ਹੁੰਦੀ ਹੈ ਜੀ, ਕਿਉਂਕਿ ਪੰਜਾਬ ਦਾ ਪੱਛਮੀ ਬੰਗਾਲ ਦੇ ਨਾਲ ਰਿਸ਼ਤਾ ਨਾਤਾ ਬਹੁਤ ਗੂੜਾ ਜੀ। ਇਸ ਕਰਕੇ ਨਹੀਂ ਗੂੜਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਜਿਹੜੀ ਹੈ ਉਹਨੇ ਜਗਮੀਤ ਸਿੰਘ ਬਰਾੜ ਨੂੰ ਪੰਜਾਬ ਸੂਬੇ ਦਾ ਪ੍ਰਧਾਨ ਬਣਾਤਾ ਆਪਣੀ ਪਾਰਟੀ ਦਾ। ਹੋਰ ਬਹੁਤ ਸਾਰੇ ਰਿਸ਼ਤੇ ਨੇ। ਜਦੋਂ ਭਾਰਤ ਤੇ ਪਾਕਿਸਤਾਨ ਦੀ ਆਪਸ ਚ ਵੰਡ ਹੋਈ ਹੈ, ਸਾਰਾ ਭਾਰਤ ਨਹੀਂ ਵੰਡ ਹੋਇਆ, ਦੋ ਹੀ ਸੂਬੇ ਵੰਡ ਹੋਏ, ਇੱਕ ਪੰਜਾਬ ਤੇ ਦੂਜਾ ਬੰਗਾਲ ਜੀ। ਜੇ ਸਮੱਸਿਆਵਾਂ ਖੜੀਆਂ ਹੋਈਆਂ ਤਾਂ ਇੱਥੋਂ, ਉਹਦੇ ਤੋਂ ਵੀ ਪੁਰਾਣਾ ਰਿਸ਼ਤਾ ਜੇ ਥੋੜਾ ਜਿਹਾ ਦੇਖੀਏ ਤਾਂ ਅੰਗਰੇਜ਼ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਬੰਗਾਲ ਦੇ ਵਿੱਚ ਆਏ, ਸਾਰਾ ਭਾਰਤ ਗੁਲਾਮ ਕੀਤਾ ਕਿ ਜੇ ਕਿਤੇ ਉਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਮਿਲਦਾ ਸੀ ਤਾਂ ਸੂਬੇ ਦੋ ਹੀ ਸੀ, ਭਾਵੇਂ ਹੋਰ ਸੂਬਿਆਂ ਦੇ ਵਿੱਚੋਂ ਵੀ ਬਿਰਲੀਆਂ ਕਾਮੀਆਂ ਉਦਾਹਰਨਾਂ ਨੇ, ਪਰ ਬਹੁਤਾ ਭਾਂਬੜ ਇੱਥੋਂ ਹੀ ਬਗਾਵਤ ਦਾ ਮਚਿਆ, ਉਹ ਵੀ ਬੰਗਾਲ ਤੇ ਪੰਜਾਬ ਹੀ ਸੀ ਜੀ। ਤੇ ਹੁਣ ਵੀ ਆਜ਼ਾਦੀ ਤੋਂ ਬਾਅਦ ਜਦੋਂ ਜਦੋਂ ਬੰਗਾਲ ਦੀ ਗੱਲ ਚੱਲਦੀ ਹੈ ਤਾਂ ਉਹਦਾ ਪੰਜਾਬ ਦੇ ਨਾਲ ਰਿਸ਼ਤਾ ਨਾਤਾ ਕਿਤੇ ਗੂੜਾ ਹੀ ਹੁੰਦਾ। ਹੁਣ ਸੁਖਨੈਬ ਜੀ, ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ ਜੀ। ਸਰਕਾਰੀ ਹਸਪਤਾਲਾਂ ਚ ਸਹੂਲਤਾਂ ਹੈ ਨੀ, ਨਿੱਜੀ ਹਸਪਤਾਲਾਂ ਦੇ ਵਿੱਚ ਸਹੂਲਤਾਂ ਬਹੁਤ ਹੈ ਪਰ ਲੁੱਟ ਉਦੋਂ ਵੀ ਵੱਧ ਹੈ ਜੀ। ਪੂਰੀ ਮਨਮਰਜ਼ੀ, ਦੋਹੀ ਹੱਥੀ ਲੁੱਟ, ਇਲਾਜ ਹੈਗਾ ਪਰ ਪਹਿਲਾਂ ਕਹਿੰਦੇ ਪੈਸਾ ਦਿਓ, ਹਸਪਤਾਲ ਦੇ ਵਿੱਚ ਵੜਦਿਆਂ ਅਗਲੇ ਬਰੋਸ਼ਰ ਜਾ ਦੇਣ ਲੱਗ ਪੈਂਦੇ ਆ, ਦੇਖੋ ਜੀ ਪੈਕੇਜ ਕਿਹੜਾ ਲੈਣਾ, ਇਹ ਵੀ ਨੀ ਪੁੱਛਦੇ ਕਿ ਤੁਹਾਨੂੰ ਜ਼ੁਕਾਮ ਹੋਇਆ ਕਿ ਤੁਹਾਨੂੰ ਬਿਮਾਰੀ ਵੱਡੀ ਹੈ, ਪੈਕੇਜ ਪਹਿਲਾਂ ਦੇਣ ਲੱਗ ਪੈਂਦੇ ਆ। ਪਰ ਦੂਸਰੇ ਪਾਸੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਨਿੱਜੀ ਹਸਪਤਾਲਾਂ ਦੀ ਲਗਾਮ ਕੱਸਣ ਦੇ ਲਈ ਅਜੇ ਤੱਕ ਪੰਜਾਬ ਦੀ ਸਰਕਾਰ ਨੇ ਇੱਕ ਕਦਮ ਵੀ ਨਹੀਂ ਪੱਟਿਆ। ਪਰ ਉਧਰ ਲੱਗਦਾ ਕਿ ਪੱਛਮੀ ਬੰਗਾਲ ਦੀ ਬੀਬੀ ਮਮਤਾ ਬੈਨਰਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹਨੇ ਪਹਿਲਕਦਮੀ ਕਰਦਿਆਂ ਲੰਬਾ ਪੈਂਡਾ ਵੀ ਤੈਅ ਕਰ ਲਿਆ ਜੀ। ਨਿੱਜੀ ਹਸਪਤਾਲਾਂ ਦੇ ਉੱਤੇ ਸ਼ਿਕੰਜਾ ਕੱਸਣ ਦੇ ਲਈ ਵਿਧਾਨ ਸਭਾ ਦੇ ਵਿੱਚ ਪੱਛਮੀ ਬੰਗਾਲ ਦੀ ਸਰਕਾਰ ਨੇ ਆਪ ਬਿੱਲ ਪੇਸ਼ ਕਰਕੇ ਪਾਸ ਵੀ ਕਰਾ ਲਿਆ ਤੇ ਉਹਦੇ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਮਮਤਾ ਬੈਨਰਜੀ ਮੁੱਖ ਮੰਤਰੀ ਵੀ ਹੈ ਤੇ ਉਥੋਂ ਦਾ ਸਿਹਤ ਮਹਿਕਮਾ ਵੀ ਉਹਦੇ ਕੋਲ ਹੈ ਜੀ। ਤੇ ਮਮਤਾ ਬੈਨਰਜੀ ਨੇ ਵੀ ਆਖ ਦਿੱਤਾ, ਉਹ ਕਹਿੰਦੇ ਕਿ ਹਸਪਤਾਲ ਆਪਣੀ ਮਨਮਰਜ਼ੀ ਕਰ ਰਿਹਾ ਸੀ, ਆਪਣੇ ਤੋਂ ਦੇਖ ਨਹੀਂ ਹੋਇਆ, ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ, ਰੋਕ ਲਾਉਣੀ ਜ਼ਰੂਰੀ ਸੀ ਤੇ ਆਪਾਂ ਮਤਾ ਪਾਸ ਕਰਾ ਕੇ ਰਾਜਪਾਲ ਨੂੰ ਦਸਤਖਤ ਕਰਨ ਲਈ ਭੇਜ ਦਿੱਤਾ। ਹੋ ਸਕਦਾ ਕਿ ਇੱਕ ਅੱਧੇ ਦਿਨ ਦੇ ਵਿੱਚ ਸੁਖਨੈਬ ਜੀ ਦਸਤਖਤ ਰਾਜਪਾਲ ਦੇ ਹੋ ਕੇ ਇਹ ਮਾਮਲਾ ਸਾਹਮਣੇ ਆ ਜਾਏ, ਹੁਕਮ ਜਾਰੀ ਹੋ ਜਾਣੇ, ਤੁਰੰਤ ਲਾਗੂ ਹੋ ਜਾਣੇ। ਹੁਣ ਇਸ ਕਾਨੂੰਨ ਦੇ ਵਿੱਚ ਹੈ ਕੀ, ਮਤਾ ਕੀ ਸੀ, ਮਦਾਂ ਕਿਹੜੀਆਂ ਨੇ? ਪਹਿਲੀ ਗੱਲ, ਇੱਕ ਕਮਿਸ਼ਨ ਜਿਹੜਾ ਸੂਬਾ ਪੱਧਰੀ ਕਾਇਮ ਕਰ ਦੇਣਾ ਜਿਹੜਾ ਹਸਪਤਾਲਾਂ ਦੇ ਉੱਤੇ ਅਣਗਹਿਲੀ ਵਰਤਣ ਦੇ ਕਰਕੇ ਜਾਂ ਲੋਕਾਂ ਨੂੰ ਪੈਸੇ ਧੇਲੇ ਦੇ ਪੱਖੋਂ ਲੁੱਟਣ ਕਰਕੇ ਉਹ ਕਾਰਵਾਈ ਕਰੇਗਾ ਜੀ। ਜੇ ਹਸਪਤਾਲ ਦੀ ਗਲਤੀ ਦੇ ਨਾਲ ਕਿਸੇ ਮਰੀਜ਼ ਦੀ ਮੌਤ ਹੁੰਦੀ ਹੈ ਤਾਂ 10 ਲੱਖ ਰੁਪਏ ਦਾ ਮੁਆਵਜ਼ਾ ਹਸਪਤਾਲ ਨੂੰ ਦੇਣਾ ਪਊ। ਜੇ ਕਮਿਸ਼ਨ ਨੂੰ ਲੱਗੇ ਕਿ 10 ਲੱਖ ਰੁਪਏ ਘੱਟ ਹੈ ਤਾਂ ਮੁਆਵਜ਼ੇ ਦੀ ਰਾਸ਼ੀ ਵਧਾ ਕੇ 50 ਲੱਖ ਤੱਕ ਵੀ ਕਰ ਸਕਦਾ ਜੀ। ਜੇ ਹਸਪਤਾਲ ਦੀ ਗਲਤੀ ਦੇ ਕਰਕੇ ਕਿਸੇ ਨੂੰ ਥੋੜਾ ਘੱਟ ਨੁਕਸਾਨ ਹੁੰਦਾ ਤਾਂ ਰੁਪਇਆ 3 ਲੱਖ ਨਿੱਜੀ ਹਸਪਤਾਲ ਨੂੰ ਦੇਣਾ ਪਊਗਾ। ਤੇ ਜਿਹੜੇ ਜਿਹੜੇ ਹਸਪਤਾਲ ਕਾਨੂੰਨ ਦੀ ਉਲੰਘਣਾ ਕਰਨਗੇ ਉਸ ਹਸਪਤਾਲ ਦੇ ਮਾਲਕ ਨੂੰ, ਡਾਕਟਰ ਨੂੰ 3 ਸਾਲ ਦੀ ਕੈਦ ਦਾ ਵੀ ਪ੍ਰਬੰਧ ਜਿਹੜਾ ਇਸ ਨਵੇਂ ਮਤੇ ਦੇ ਵਿੱਚ ਕੀਤਾ ਗਿਆ। 4 ਤਰ੍ਹਾਂ ਦੇ ਲੋਕਾਂ ਨੂੰ ਇੱਕ ਵੱਖਰੀ ਸ਼੍ਰੇਣੀ ਚ ਰੱਖਿਆ ਗਿਆ। ਜੇ ਐਕਸੀਡੈਂਟ ਹੋਇਆ ਹੋਵੇ, ਤੇਜ਼ਾਬੀ ਹਮਲਾ ਹੋਇਆ ਹੋਵੇ,
बलात्कार की घटना होवे जां हुण कुदरती आफतां तां सुखनैब जी इन्हां चारां घटनावां दे विच जख्मी लोकां दा इलाज करन दे लई हॉस्पिटल पैसे नहीं मंग सकूगा, यह नहीं आख सकूगा कि भाई पैसे पहला रखो तो असीं बंदा अंदर ऑपरेशन थिएटर दे फेर वाड़ना है। जे हॉस्पिटल ने पैसे पहला मंग लै तां समझ लो कि हॉस्पिटल की शिकायत गई तो टंगिया गया। इहदे नाल नाल एक होर गल जिहड़ी है ਉਹ ਵੀ ਕਹਿ ਦਿੱਤੀ ਗਈ ਕਿ ਪਹਿਲਾਂ ਇਲਾਜ ਫਿਰ ਪੈਸੇ ਜਿੱਦਾਂ ਮਰਜ਼ੀ ਮੰਗੋ ਪਰ ਪਹਿਲਾਂ ਬੰਦੇ ਦੀ ਜ਼ਿੰਦਗੀ ਬਚਾਉਣੀ ਜਿਹੜੀ ਜ਼ਰੂਰੀ ਹੈ। ਦੂਸਰੀ ਗੱਲ ਕਿ ਜੇ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਪੱਛਮੀ ਬੰਗਾਲ ਦੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਤਾਂ ਇਸ ਕਰਕੇ ਮਨਾ ਨਹੀਂ ਕੀਤਾ ਜਾ ਸਕੇਗਾ ਕਿ ਤੁਸੀਂ ਪਹਿਲਾਂ ਬਿੱਲ ਜਮ੍ਹਾਂ ਕਰਾਓ ਅਸੀਂ ਤੁਹਾਨੂੰ ਲਾਸ਼ ਫਿਰ ਦੇਣੀ ਹੈ। ਕਹਿੰਦੇ ਲਾਸ਼ ਦਿਓ ਅਗਲੇ ਮ੍ਰਿਤਕ ਦੇ ਲੈ ਕੇ ਜਾਣ, ਪਰਿਵਾਰ ਬਹੁਤ ਜ਼ਿਆਦਾ ਦੁੱਖ ਚ ਹੁੰਦਾ ਹੈ, ਉਹਦੇ ਤੋਂ ਬਾਅਦ ਪੈਸੇ ਤੇ ਲਗਾ ਹਿਸਾਬ ਕਿਤਾਬ ਉਹਦੇ ਨਾਲ ਹੋਊਗਾ। ਇਹ ਵੀ ਕਹਿ ਦਿੱਤਾ ਗਿਆ ਕਿ ਜ਼ਮੀਨ ਦੇ ਕਾਗਜ਼ ਪੱਤਰ ਕੋਈ ਫਿਕਸ ਡਿਪੋਜ਼ਿਟ ਜਾਂ ਹੋਰ ਕੋਈ ਦਸਤਾਵੇਜ਼ ਕੋਈ ਵੀ ਹਸਪਤਾਲ ਮਰੀਜ਼ ਦੇ ਇਲਾਜ ਦੇ ਕਰਕੇ ਇੱਕ ਸਿਕਿਉਰਿਟੀ ਵਜੋਂ ਨਹੀਂ ਰੱਖ ਸਕਦਾ। ਇਹ ਵੀ ਕਹਿ ਦਿੱਤਾ ਗਿਆ ਕਿ ਜੇ ਕਿਸੇ ਹਸਪਤਾਲ ਦੇ ਵਿੱਚ ਕਿਸੇ ਬਿਮਾਰੀ ਵਿਸ਼ੇਸ਼ ਦਾ ਇਲਾਜ ਹੈਗਾ ਪਰ ਉਹਦੇ ਬਾਵਜੂਦ ਉਹ ਇਸ ਕਰਕੇ ਇਲਾਜ ਕਰਨ ਤੋਂ ਮਨਾ ਕਰਦਾ ਜੇ ਝੂਠ ਬੋਲ ਦਿੰਦੇ ਸਾਡੇ ਕੋਲ ਨਹੀਂ ਹੈਗਾ ਭਾਈ ਫਲਾਨੀ ਥਾਂ ਲੈ ਜਾਓ, ਤਾਂ ਉਸ ਤਰ੍ਹਾਂ ਦੇ ਹਸਪਤਾਲ ਦੀ ਸ਼ਿਕਾਇਤ ਆਉਣ ਤੇ ਵੀ ਠੋਕ ਵਜਾ ਕੇ ਸੁਖਨੈਬ ਜੀ ਕਾਰਵਾਈ ਹੋ ਜੂ। ਹੁਣ ਇਸ ਕਾਨੂੰਨ ਦੇ ਲਾਗੂ ਹੋਣ ਦੀ ਸੰਭਾਵਨਾ 2-4 ਦਿਨ ਚ, ਇਹਦੇ ਵਿੱਚ ਹੁਣ ਤਾਂ ਹੋਣ ਗਿਆ ਸੁਖਨੈਬ ਜੀ, ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਜੀ। ਇਹਦੇ ਵਿੱਚ ਕਮੀਆਂ ਪੇਸ਼ੀਆਂ ਵੀ ਹੋ ਸਕਦੀਆਂ ਪਰ ਜੋ ਪਹਿਲਕਦਮੀ ਮਮਤਾ ਬੈਨਰਜੀ ਦੀ ਅਗਵਾਈ ਦੇ ਵਿੱਚ ਪੱਛਮੀ ਬੰਗਾਲ ਦੀ ਸਰਕਾਰ ਨੇ ਕੀਤੀ ਹੈ ਉਹ ਕਾਬਿਲੇ ਤਾਰੀਫ ਹੈ, ਕਰਨੀ ਚਾਹੀਦੀ ਹੈ ਤੇ ਇਦਾਂ ਦੀਆਂ ਚੰਗੀਆਂ ਪਹਿਲਕਦਮੀਆਂ ਦੀ ਜੇ ਨਕਲ ਵੀ ਮਾਰਨੀ ਪਵੇ ਬਾਕੀ ਸੂਬਾ ਸਰਕਾਰਾਂ ਨੂੰ ਤਾਂ ਮੈਨੂੰ ਲੱਗਦਾ ਕੋਈ ਬਹੁਤੀ ਗਲਤ ਗੱਲ ਨਹੀਂ, ਨੰਬਰ ਕੱਟੇ ਨਹੀਂ ਜਾਣਗੇ, ਕਾਪੀ ਕੇਸ ਨਹੀਂ ਬਣੂਗਾ। ਤੇ ਸੁਖਨੈਬ ਜੀ ਅਗਲੀ ਗੱਲ ਵੀ ਬੀਬੀ ਮਮਤਾ ਬੈਨਰਜੀ ਨੇ ਕਰਤੀ, ਉਹ ਕਹਿੰਦੇ ਕਿ ਇੱਥੇ ਨਹੀਂ ਰੁਕਣਾ, ਸਿਹਤ ਸੇਵਾਵਾਂ ਦਾ ਮੈਨੂੰ ਪਤਾ ਹੈ ਤੇ ਬੜੀ ਜਲਦੀ ਉਹ ਸਿੱਖਿਆ ਸੰਸਥਾਵਾਂ ਜਿਹੜੀਆਂ ਕਿ ਮੋਟੀਆਂ ਫੀਸਾਂ ਵਸੂਲ ਕੇ ਆਮ ਲੋਕਾਂ ਦਾ ਆਰਥਿਕ ਤੌਰ ਤੇ ਖੂਨ ਚੂਸ ਰਹੀਆਂ, ਕਾਨੂੰਨ ਕਹਿੰਦੇ ਅਸੀਂ ਉਹਨਾਂ ਦੇ ਖਿਲਾਫ਼ ਵੀ ਬਣਾ ਦੇਣਾ। ਕੀ ਬਾਤ ਹੈ, ਸੋ ਬੜੀ ਵਧੀਆ ਕੋਸ਼ਿਸ਼ ਹੈ ਬਾਟ ਸਾਹਿਬ, ਔਰ ਇਹੋ ਜਿਹੀਆਂ ਕੋਸ਼ਿਸ਼ਾਂ ਨੂੰ ਬੂਰ ਪਵੇ ਤਾਂ ਉਹਨਾਂ ਲੋਕਾਂ ਨੂੰ ਬੜੀ ਰਾਹਤ ਮਿਲਦੀ ਹੈ। ਇਹ ਵੱਖਰੀ ਗੱਲ ਹੈ ਜੀ, ਹੋ ਸਕਦਾ ਕੁਛ ਹਾਸਪਿਟਲ ਹੈ ਜਿਹੜੇ ਉਹ ਸੋਚਣ ਯਾਰ ਚਲੋ ਪੰਜਾਬ ਹੀ ਚੱਲਦੇ ਆ, ਇੱਥੇ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਡਾਕਟਰਾਂ ਨੂੰ ਥੋੜੀ ਜਿਹੀ ਕਮਾਈ ਘਟਣੀ ਹੈ ਔਰ ਸਮਝ ਹੀ ਸਕਦੇ ਹਾਂ ਕਿ ਬਹੁਤੇ ਕੰਮ ਤਾਂ ਸਿਰਫ ਤੇ ਸਿਰਫ ਲਾਹੇ ਦੇ ਵਾਸਤੇ ਕੀਤੇ ਜਾਂਦੇ ਹੁੰਦੇ, ਫਾਇਦਾ ਕਿੱਧਰੋਂ ਮਿਲਦਾ, ਉਹੀ ਚੱਲਦੀ ਹੈ। ਉਹ ਅਕਸਰ ਹੀ ਸ਼ੇਅਰ ਸਾਹਮਣੇ ਆ ਜਾਂਦਾ ਕਿ ਬਾਣੀ ਆ ਰਿਹਾ ਹੋਗਾ ਵਰਨਾ ਸੋਚਦਾ ਹੈ ਇਸ਼ਕ ਮੈਂ ਨਫਾ ਔਰ ਨੁਕਸਾਨ ਕੌਣ, ਔਰ ਕਾਰੋਬਾਰੀ ਤਾਂ ਸਾਰੇ ਤਕਰੀਬਨ ਉਹੀ ਸੋਚ ਵਾਲੇ ਹੁੰਦੇ ਆ ਜੀ, ਚਾਹੇ ਡਾਕਟਰ ਹੋਣ ਜਾਂ ਕੁਛ ਹੋਰ। ਤੇ ਅਗਲੀ ਜਿਹੜੀ ਗੱਲ ਹੈ ਜੀ, ਜੇ ਆਪਾਂ ਦੇਖੀਏ ਤਾਂ ਮੈਂ ਦੱਸ ਰਿਹਾ ਜੀ ਕਿ ਚੰਨ ਪਰਦੇਸੀ ਰੇਡੀਓ ਸਾਡਾ ਇਹ ਚੈਨਲ ਹੈ ਜੀ ਯੂਟਿਊਬ ਦੇ ਉੱਤੇ, ਜੇ ਬਾਅਦ ਦੇ ਵਿੱਚ ਸ਼ੋਅ ਤੁਸੀਂ ਪੁਰਾਣਾ ਕੋਈ ਵੀ ਦੇਖਣਾ ਹੋਵੇ ਸੁਣਨਾ ਹੋਵੇ, ਫੋਟੋ ਦੇਖੀ ਜਾ ਸਕਦੀ ਹੈ ਸ਼ੋਅ ਸੁਣਿਆ ਜਾ ਸਕਦਾ, ਤਾਂ ਉੱਥੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਫਿਰ ਤੁਹਾਡੇ ਕੋਲ ਸਾਰੇ ਜਿੰਨੇ ਸ਼ੋਅ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਉਹਦੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੂਗੀ ਚੰਨ ਪਰਦੇਸੀ ਤੇ, ਚੈਨਲ ਹੈ ਜਿਹੜਾ ਯੂਟਿਊਬ ਦੇ ਉੱਤੇ, ਜ਼ਰੂਰ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ। ਚੋਣ ਨਤੀਜੇ ਆਉਣ ਵਾਲੇ ਆ ਜੀ, ਤੇ ਫਿਰ ਬਗਾਵਤਾਂ ਦੇ ਆਸਾਰ ਵੀ ਬਣੇ ਹੋਏ ਨੇ, ਬਾਗੀ ਸੁਰਾਂ ਤੇਜ਼ ਹੋਣ ਦੇ ਸੰਸੇ। ਸੁਖਨੈਬ ਜੀ, ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਹੁਣ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਹੁਣ ਤਾਂ ਸਾਰਿਆਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਹੁਣ ਮਹੀਨਿਆਂ ਦੀ, ਹਫ਼ਤਿਆਂ ਦੀ ਜਾਂ ਦਿਨਾਂ ਦੀ ਗੱਲ ਨਹੀਂ, ਹੁਣ ਘੰਟਿਆਂ ਦੇ ਵਿੱਚ ਉਡੀਕਿਆ ਜਾ ਰਿਹਾ, 900 ਘੰਟੇ ਬਾਕੀ ਰਹਿ ਗਏ ਜੀ, 101 ਦਿਨ ਲਈ ਥੋੜਾ ਦਿਨ ਪਹਿਲਾਂ ਜੀ। ਤੇ ਹੁਣ ਸੁਖਨੈਬ ਜੀ, ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਬੜੀ ਸ਼ਾਂਤੀ ਜਿਹੀ ਹੈ, ਕੋਈ ਬਹੁਤਾ ਰੌਲਾ ਰੱਪਾ ਨਹੀਂ, ਜਿਹੜੀਆਂ ਧੂੜਾਂ ਨਹੀਂ ਉਡਾਉਂਦੇ ਫਿਰਦੇ ਸੀ ਲੀਡਰ, ਕਾਫਲੇ ਜਾਂ ਤੁਰੇ ਫਿਰਦੇ ਸੀ, ਨਾਰੇ ਨੂਰੇ ਵੱਜਦੇ ਸੀ, ਜਦੋਂ ਵੀ ਕਿਤੇ ਕੁੰਡਾ ਘਰ ਕਿਸੇ ਘਰ ਦਾ ਖੜਕਦਾ ਸੀ ਅਗਲੇ ਕਹਿੰਦੇ ਸੀ ਕੋਈ ਲੀਡਰ ਹੀ ਹੋਣਾ, ਰਹਿਣ ਦੇ ਰੋਟੀ ਪਹਿਲਾਂ ਖਾ ਲਾ। ਹੁਣ ਇਹ ਜਿਹੜੇ ਸਾਰੇ ਵਰਤਾਰੇ ਨੇ ਉਹ ਸ਼ਾਂਤ ਨੇ, ਤੇ ਇਹ ਕਿਤੇ ਨਾ ਕਿਤੇ ਇਸ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵੀ ਨਜ਼ਰ ਆ ਰਹੀ ਸਿਆਸੀ ਮਾਹੌਲ ਦੇ ਵਿੱਚ, ਪਰ ਇੰਨੀ ਗੱਲ ਜ਼ਰੂਰ ਹੈ ਕਿ ਨਤੀਜੇ ਆਉਂਦਿਆਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿੱਚ ਬਗਾਵਤ ਜ਼ਰੂਰ ਹੋਏਗੀ, ਤਿੰਨ ਧਰੀ ਮੁਕਾਬਲਾ ਹੋਣ ਕਰਕੇ ਕੋਈ ਵੀ ਆਗੂ ਚਿੰਤਾ ਮੁਕਤ ਨਹੀਂ। ਨਤੀਜੇ ਦੀ ਪੁਸ਼ਟੀ ਤੋਂ ਪਹਿਲਾਂ ਕੋਈ ਭਵਿੱਖੀ ਰਣਨੀਤੀ ਬਾਰੇ ਖੁਲਾਸਾ ਕਰਨ ਨੂੰ ਤਿਆਰ ਨੇ, ਆਪਾਂ ਵਾਰੀ ਵਾਰੀ ਸਾਰੀਆਂ ਪਾਰਟੀਆਂ ਦੀ ਭੂਰਖ ਗੱਲ ਕਰ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਕਿ ਜੇਤਾ ਜਿੱਤ ਗਈ, ਕੈਪਟਨ ਅਮਰਿੰਦਰ ਸਿੰਘ ਦੀਆਂ 12 ਹੋ ਜਾਣੀਆਂ ਪੌਂ, ਜਾਣੀ ਕਿ ਪੌਂ 12, ਕੱਦ ਬੁੱਤ ਉਹਨਾਂ ਦਾ ਵੱਧ ਜਾਣਾ, ਬਹੁਤੇ ਫੈਸਲੇ ਫਿਰ ਜੇ ਸਰਕਾਰ ਬਣੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਭਾਵ ਹੇਠ ਹੀ ਹੋਣਗੇ, ਕਾਂਗਰਸ ਹਾਈਕਮਾਂਡ ਦੇ ਵਿੱਚ ਵੀ ਉਹਦੇ ਬੱਲੇ ਬੱਲੇ ਹੋਜੂ। ਦੂਸਰੇ ਪਾਸੇ ਜੇ ਕਾਂਗਰਸ ਪਾਰਟੀ ਦੇ ਪੱਲੇ ਹਾਰ ਪੈਂਦੀ ਹੈ ਤਾਂ ਤੁਰੰਤ ਬਾਅਦ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚੋਂ ਧੂੰਆਂ ਨਿਕਲੂ, ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਮੰਗਿਆ ਜਾਊ, ਜੇ ਤਾਂ ਅਸਤੀਫਾ ਦੇ ਦਿੱਤਾ ਪ੍ਰਧਾਨਗੀ ਤੋਂ ਠੀਕ ਹੈ,
जे ना दिता तो फिर दिल्ली जाके बहुत सारिया ने डेरे ला लेने, भावे प्रताप सिंह बाजवा होनी होन, भावे दूलो साहब होन, भावे बंदे कई होन होर, फिर पता नहीं होंगे बीबी पठल जां रवनीत बिट्टू होर ने कि हक च जाके बह जाना। उस वेले फिर कैप्टन अमरिंदर सिंह नूं गद्दी लाउण तों बिना, गद्दी तों हेठां लाउण तों बिना कम कोई जिहड़ा चलना नहीं। जनतक बयानबाजी फिर कांग्रेस पार्टी दे विच एकदम तेज होण दी संभावना है। हो सकता कि दूलो साहब ते कई होर लीडर उस वेले भी रौला रप्पा पा के बह जाण कि भाई असीं तां बथेरियां सलाहां दित्तियां सी कि मुख्यमंत्री फलाने भाईचारे चों बनाउणा चाहीदा, टिकटां मेरे कहे अनुसार दिओ, पर दित्तियां नहीं ते हुण वेख लो, लै लो लड्डू सियासी तौर ते। अकाली दल की गल कर लईए, अकाली दल जे जितदा तां ठीक है, नहीं जितदा तां अकाली दल दे सामने इस वेले इतिहासक संकट तां हैगा ही हैगा, क्योंकि हारन तों बाद हो सकता है कि वह कुछ लीडर बादल परिवार के खिलाफ हल्की हल्की बगावत कर देन, जिहड़ी कि किसी ना किसी मौके ते जाके भांबड़ भी बन सकती है। जिहड़े लीडरां नूं पिछले 5-7 साल तों खूंजे लाया होया, जिहड़े लीडरां नूं सरकार होण दे बावजूद भी कोई मोटा गफ्फा जिहड़ा उह नहीं मिलिया, स्वाद स्वाद भी नहीं, लूण तेल भी नहीं दिखाया गया कि भाई किवें दा। कुछ एक लीडर जिन्हां दे धक्के नाल हल्के बदले गए आ, जिन्हां नूं चाहुंदिया होया भी टिकटां नहीं मिलियां, वह भी हार आला ठीकरा जिहड़ा किसी ना किसी तरीके पार्टी की हाईकमान के उत्ते जनतक रूप दे विच भन्न सकते हैं। ते नाल दी नाल श्रोमणी अकाली दल दे कुछ महत्वपूर्ण लीडर जिहड़े कि डेरा सिरसा वाले विवाद करके जां पार्टी नूं पंथक पार्टी तों पंजाबीयत दी रंगत देण दे फैसले करके पार्टी हाईकमान तों घूरा कि नाराज़ ने, वह भी खुल के सामने आ सकते हैं। इस करके श्रोमणी अकाली दल दे लई भी आने वाली विधानसभा चोणां दे नतीजे एक बहुत वड्डी तब्दीली लैके आ सकते हैं। हुण गल पूरा आम आदमी पार्टी की कर ली, आम आदमी पार्टी च भांत भांत की लकड़ है, जे तां जित हुंदी है तां गठा वज्जिया रहू, पर जे जित नहीं हुंदी तां पार्टी लीडरशिप दे दिल्ली तों आउंदे फैसलियां दे करके कोई रौला रप्पा भी पै सकदा, रौला रप्पा भी इस तरीके नाल पै सकदा कि आपो धापी वाली स्थिति भी बन सकती है। खास तौर दे उत्ते वख वख विधानसभा हल्कियां दे विच जिन्हां बंदियां नूं टिकटां नहीं मिलियां पर बंदे अपने आप नूं योग समझदे सी वड्डे लीडर, अज भी सरगर्म ने, ਉਹ ਫਿਰ ਕਿਸੇ ਨਾ ਕਿਸੇ ਤਰੀਕੇ ਉਸ ਸਾਰੇ ਮੁੱਦੇ ਨੂੰ ਉਭਾਰ ਕੇ ਪੇਸ਼ ਕਰ ਸਕਦੇ ਆ ਕਿ ਭਾਈ ਤੁਸੀਂ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤੀਆਂ ਤਾਕਤਾਂ ਨੇ ਦਿੱਤੀਆਂ, ਸਿੱਟਾ ਉਹਦਾ ਨਿਕਲਦਾ। ਸੋ ਕੁੱਲ ਮਿਲਾ ਕੇ ਸੂਬੇ ਦੀਆਂ ਤਿੰਨ ਸਿਆਸੀ ਧਿਰਿਆਂ ਦੇ ਵਿਚਾਲੇ ਇਸ ਵੇਲੇ ਜਿਹੜਾ ਸਿਆਸੀ ਤੌਰ ਦੇ ਉੱਤੇ ਮੈਚ ਫਸਿਆ ਹੋਇਆ, ਨਤੀਜਾ 11 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ 12-1 ਵਜੇ ਤੱਕ ਸਾਹਮਣੇ ਆ ਜਾਣਾ। ਵੇਖਦੇ ਹਾਂ ਕਿ ਉਹਦੇ ਤੋਂ ਬਾਅਦ ਮਾਹੌਲ ਕੀ ਬਣਦਾ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਪਾਰਟੀ ਜਿੱਤ ਗਈ ਉਹਦੇ ਵਿੱਚ ਤਾਂ ਥੋੜਾ ਜਿਹਾ ਬਚਾਅ ਹੋ ਸਕਦਾ, ਪਰ ਹਾਰਨ ਵਾਲੀਆਂ ਜਿਹੜੀਆਂ 2 ਧਿਰਾਂ ਉਹਨਾਂ ਦੇ ਵਿੱਚ ਬਗਾਵਤ ਦਾ ਲਾਂਬੂ ਜਿਹੜਾ ਉਹ ਲੱਗਣਾ ਹੀ ਲੱਗਣਾ। ਜੀ ਬਿਲਕੁਲ ਜੀ, ਨਾਲੇ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਬਹੁਤ ਸਾਰੇ ਆਗੂ ਆ ਜਿਹੜੇ ਜੀ ਉਹ ਚਾਹੁੰਦੇ ਆ ਕਿ ਮੁੱਖ ਮੰਤਰੀ ਮੈਂ ਬਣਾ, ਇੱਕ ਦੂਜੇ ਨੂੰ ਠਿੱਬੀ ਲਾਈ ਜਾਂਦੇ ਤੇ ਕਈ ਪਹਿਲਾਂ ਹੀ ਠਿੱਬੀਆਂ ਖਾਖਾ ਡਿੱਗੀ ਜਾਂਦੇ ਆ, ਹਜੇ ਤਾਂ ਗੱਲ ਦੂਰ ਦੀ ਹੈ। ਰਹੀ ਗੱਲ ਅਗਲੇ ਆਗੂਆਂ ਦੀ ਜੀ, ਹਾਲਾਤ ਕੁਛ ਇਹ ਹੈ ਕਿ ਸੁਪਰੀਮ ਕੋਰਟ ਨੇ ਕਾਫ਼ੀ ਚਿੰਤਾ ਜ਼ਾਹਰ ਕੀਤੀ ਹੈ ਕਿ 3-4 ਸੂਬੇ ਹੈ ਇੱਥੋਂ ਦੇ ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਆ, ਕੇਂਦਰ ਤੇ ਰਾਜ ਸਰਕਾਰਾਂ ਕਰਦੀਆਂ ਕੁਛ ਨਹੀਂ। ਸੁਖਨੈਬ ਜੀ, ਭਾਰਤ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਜਿਹੜੀਆਂ ਇੱਕ ਤੋਂ ਵੱਧ ਰਾਜਾਂ ਦੇ ਵਿੱਚ ਹੋ ਰਹੀਆਂ, ਤੁਸੀਂ ਗਿਣਤੀ ਦੱਸ ਦਿੱਤੀ ਹੈ। ਅੰਨਦਾਤੇ ਦੀ ਹਾਲਤ ਜਿਹੜੀ ਹੈ ਉਹਦੇ ਕਰਕੇ ਕਿਸਾਨ ਜਥੇਬੰਦੀਆਂ ਵੀ ਦੁਖੀ, ਜਿਹੜੀਆਂ ਸੱਚੀ ਮੁੱਚੀ ਕਿਸਾਨ ਜਥੇਬੰਦੀਆਂ ਉਹ ਦੁਖੀ ਨੇ, ਬਾਕੀਆਂ ਨੇ ਦੁਖੀ ਹੋਣਾ ਜਾਂ ਨਹੀਂ ਹੋਣਾ ਇੱਕ ਵੱਖਰੀ ਗੱਲ ਹੈ। ਇਹਦੇ ਤੋਂ ਇਲਾਵਾ ਕਿਸਾਨ ਵੀ ਦੁਖੀ, ਕਿਸਾਨ ਦਾ ਰਿਸ਼ਤੇਦਾਰ ਵੀ ਦੁਖੀ, ਤੇ ਸਾਡੇ ਉਹ ਪ੍ਰਵਾਸੀ ਪੰਜਾਬੀ ਵੀਰ ਵੀ ਦੁਖੀ ਜਿਨ੍ਹਾਂ ਦੇ ਟੱਬਰ ਰਿਸ਼ਤੇਦਾਰ ਸੱਜਣ ਮਿੱਤਰ ਪੰਜਾਬ ਚ ਖੇਤੀ ਕਰਦੇ ਆ। ਪਰ ਹੁਣ ਭਾਰਤ ਦੀ ਮਾਨਯੋਗ ਸਰਵਉੱਚ ਅਦਾਲਤ ਜਾਣੀ ਕਿ ਸੁਪਰੀਮ ਕੋਰਟ ਨੇ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ। ਸੁਪਰੀਮ ਕੋਰਟ ਨੇ ਭਾਰਤ ਦੀ ਕੇਂਦਰ ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਕਿਸਾਨ ਖੁਦਕੁਸ਼ੀਆਂ ਰੋਕਣ ਦੇ ਲਈ ਹਦਾਇਤਾਂ ਦੇ ਦਿੱਤੀਆਂ। ਇਹ ਵੀ ਆਖ ਦਿੱਤਾ ਕਿ ਜੇ ਤੁਸੀਂ ਕਿਸੇ ਕਿਸਾਨ ਦੀ ਖੁਦਕੁਸ਼ੀ ਤੋਂ ਬਾਅਦ ਉਹਨੂੰ ਮੁਆਵਜ਼ਾ ਦੇ ਕੇ ਇਹ ਗੱਲ ਸੋਚਣ ਵਿਚਾਰਨ ਲੱਗ ਜਾਂਦੇ ਹੋ ਕਿ ਭਾਈ ਤੁਹਾਡੀ ਸਮੱਸਿਆ ਜਿਹੜੀ ਖਤਮ ਹੋ ਗਈ, ਤੁਸੀਂ ਜੋ ਕਰਨਾ ਸੀ ਕਰ ਦਿੱਤਾ, ਕਹਿੰਦੇ ਇਹ ਗੱਲ ਬਿਲਕੁਲ ਗਲਤ ਹੈ। ਜਦੋਂ ਤੱਕ ਕਿਸੇ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾਂਦਾ ਉਦੋਂ ਤੱਕ ਖੁਦਕੁਸ਼ੀ ਤੇ ਮੁਆਵਜ਼ੇ ਵਰਗੇ ਕੰਮ ਜਿਹੜੇ ਅਰਥਹੀਣ ਨੇ। ਖੁਦਕੁਸ਼ੀ ਤੇ ਮੁਆਵਜ਼ਾ, ਖੁਦਕੁਸ਼ੀ ਕਰਨੀ ਕਿਉਂ ਪਵੇ ਤੇ ਮੁਆਵਜ਼ਾ ਤੁਹਾਨੂੰ ਕਿਤੇ ਦੇਣਾ ਕਿਉਂ ਪਵੇ, ਇਹਦੇ ਬਾਰੇ ਤੁਸੀਂ ਕਿਉਂ ਨਹੀਂ ਸੋਚਦੇ? 3 ਮੈਂਬਰੀ ਸੁਪਰੀਮ ਕੋਰਟ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਵੀ ਆਖਿਆ ਕਿ ਕਈ ਵਾਰੀ ਹੋ ਗਿਆ ਕਿਸਾਨੀ ਦੇ ਕਈ ਅਣਸੁਲਝੇ ਮੁੱਦੇ ਪਏ ਨੇ, ਉਹਨਾਂ ਸਵਾਲਾਂ ਦੇ ਤੁਸੀਂ ਉੱਤਰ ਨਹੀਂ ਦਿੱਤੇ, ਹੱਲ ਨਹੀਂ ਲੱਭਿਆ, ਇਸੇ ਕਰਕੇ ਕਿਸਾਨ ਮੁਸੀਬਤ ਦੇ ਵਿੱਚ ਹੈ। ਹੁਣ 2-3 ਉਦਾਹਰਣਾਂ ਦਿੱਤੀਆਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਉਹ ਕਹਿੰਦੇ ਜੇ ਫਸਲ ਦੀ ਪੈਦਾਵਾਰ ਚੰਗੀ ਹੋਵੇ ਤਾਂ ਮੰਡੀ ਚ ਭਾਅ ਡਿੱਗ ਪੈਂਦੇ ਆ, ਕਿਸਾਨ ਤਾਂ ਵੀ ਦੁਖੀ। ਜੇ ਫਸਲ ਦੀ ਪੈਦਾਵਾਰ ਘੱਟ ਹੋਵੇ ਘਾਟਾ ਪੈਂਦਾ, ਕਿਸਾਨ ਤਾਂ ਵੀ ਦੁਖੀ। ਜੇ ਕਹਿੰਦੇ ਕੁਦਰਤੀ ਕਰੋਪੀ ਆ ਜਾਏ ਤਾਂ ਸਾਡੇ ਕੋਲ ਅਜੇ ਤੱਕ ਬੀਮੇ ਦਾ ਸਿਸਟਮ ਇੰਨਾ ਵਧੀਆ ਨਹੀਂ, ਕਿਸਾਨ ਤਾਂ ਵੀ ਦੁਖੀ। ਜਾਣੀ ਕੁਝ ਵੀ ਹੋ ਜਾਏ
किसान ने दुखी रहना। केंद्र सरकार के नुमाइंदे चीफ जस्टिस जी एस सिहर की अगवाई वाले बेंच ने भी कहा कहते सानू तो यही लगी जाता केंद्र सरकार वाले तुसी गलत दिशा जा रहे हो, खुदकुशी वाले नु मुआवजा देना कोई हल नहीं, तुसी हल लभो। हुण इहदा मतलब कि सुप्रीम कोर्ट नू भी लगता है कि वह सही ट्रैक दे उत्ते जा ही नहीं रहे। असी जाना पटियाले तो जिहड़ा लुधियाने नू होवे, असी सड़क बठिंडे वाली फड़ लईए, असी लुधियाने कदी भी नहीं पहुंचांगे। ते सुप्रीम कोर्ट ने केंद्र सरकार नू खेतीबाड़ी दे मुद्दे ते बड़ा वधिया कह भी दिता। अगली सुनवाई जिहड़ी है 27 मार्च नू होनी है। असल दे विच इक गैर सरकारी संस्था ने पटीशन दायर कीती सी ते उसे दी सुनवाई करदिआं केंद्र सरकार तो सुप्रीम कोर्ट ने यह भी पुछ लिया कि तुसी दसो कि जे कुदरती करोपी दे करके कदे किसान दी फसल हो जांदी है नष्ट, तां फिर उस नष्ट हुई फसल दे मालक किसानां दा कर्जा माफ करन दी तुहाडे कोल कोई नीति हैगी कि नहीं हैगी, जवाब 27 मार्च नूं देना है। दूसरे पासे रिजर्व बैंक आफ इंडिया नूं भी पुछ लिया क्योंकि रिजर्व बैंक आफ इंडिया दे अख्तियार दे विच बहुत कुछ है। सुप्रीम कोर्ट ने पुछा आरबीआई नूं कि तुसी दसो कि अजिहे हालातां दे विच कर्जे वाली समस्या नाल निपटीए तां निपटीए किवें। उधर थोड़ी जी गल अंकड़िआं दी कर लईए, पंजाब दे लई इह मुद्दा बहुत महत्वपूर्ण है। 2010 तक 6926 खुदकुशियां जिहड़ियां हो चुकियां सी यूनिवर्सिटियां दे सर्वेखण आप ही दस रहे, पर साडे कोल कोई ठोस नीति नहीं। भारत दे सारे सूबिआं दे विच 3 लाख तों उपर किसान ते मजदूर खुदकुशी कर चुके हैं, साडे कोल देश दे विच भी कोई नीति नहीं। ते हुण जदों मानयोग सुप्रीम कोर्ट भारत ने इस मुद्दे दे उत्ते हदायतां देण दा सिलसिला शुरू कीता तां हो सकदा फिर सुनैब जी आउण वाले समें दे विच सरकारां नूं माड़ियां मोटियां जिम्मेवार जरूर बनना पए। बिलकुल जी, गल इही है कि जिम्मेवारियां सानू तय भी करनियां पैणगियां। सरकार जिम्मेवारियां नहीं लैंदी और जदों कोई खुदकशी कर जांदा उदों बाद मुआवजा किवें दित्ता जांदा है इह वी सानू पता है। और किसान जथेबंदियां किहो जिहे लोकां नूं पीड़ित किसान दिखा दें, कई बार कोई होर लड़ाई घर मौत हुई होंगी है, ये सारे अंकड़े ध्यान मांगते हैं और बड़ा कुछ है जिहड़ा रोजाना की तरह ही सामने आउंदा पर अखों परोखे करके लंघ जाते हैं साडे सियासतां। पर एक गल जरूर है जी कि शराब के ठेके बंद करके जे हो गए फिर यह काम बड़ा टेढ़ा हो जू, अखों परोखे होना नहीं मसला। सुखनैब जी, गैर सरकारी संस्था ने बहुत वड्डी समस्या खड़ी कर दी शराब के ठेकेदारां लई ते सब तो वड्डी सरकार लई, क्योंकि जे सरकार चाहे तो चुटकी बजाउंदिआं काम हो जू, जे सरकार चाहे ना तो फिर उन्होंने काम औखा बहुत लगता हुंदा। क्योंकि आपां घर दे विच किसी बच्चे नूं कहीए कि पुत्त जाके टीवी ला ला जां खिडौणा कै खेड ला, वह फट जांदा मिंट नहीं लाउंदा, एक मिंट दे विच उठ के उन्हें खिडौणा कोल पहुंच जाणा जां रिमोटा च फड़ लैणा। दूजे पासे जे आपां उसे बच्चे नूं कह दईए कि पुत्त हुण 15 मिंट किताब पढ़ ला, उन्हें रही रही करदे ने पहलां चपलां पाउण लग पैणा, फिर पैर पुट्ठा सीधा पा लैणा, उहदे तों बाद तुरदे ने कदे कंध नाल हथ ला लैणा, कदे इधर कर लैणा, 15 मिंट उन्हें किताब को पहुंचते नहीं ला देने, उद तक 15 मिंट का समा बतीत हो जाता। समय दिया सरकार का भी कितना कितने हाल सुखनैब जी मैं यही लगता। हम गैर सरकारी संस्था ने पटीशन दायर करती, पहला हाईकोर्ट का फैसला आया कि जीत रोड के उत्ते ठेके नहीं होने चाहिए, पंजाब सरकार भजी भजी गई पैर जुत्ती ना पाई तो जाके सुप्रीम कोर्ट के आख दिता कि भाई सानू तो नुकसान बहुत हो जूगा, 4-5 साल काम चली लैन दौ, अगलिया ने जाते ही मोड़ दिते। हुण सुप्रीम कोर्ट का फैसला से 1 अप्रैल 2017 तो पंजाब के जीटी रोड जानी चाहे स्टेट हाईवे ने चाहे नैशनल हाईवे उसके आस पास जो 1400 के करीब शराब के ठेके ने बंद हो जाएंगे। पर यह जो फैसला इन लागू करना इन्ना आसान सचिओ नहीं है। जे तो सुखनैब जी कल शराब दुकाना जिथे शराब बिकती है बंद करनिया होंगे तो गल वक्री सी, कोई बहुता रौला नहीं सी। अगले 500 मीटर दूर जाके किसी जेडे खेत के जिहड़ी मोटर लगी हुई है उत्थे काम चला लेंगे, हौली हौली कोठा पा के उत्थे समान रख लेंगे। पर असल दे विच जिहड़ा फैसला उहदे विच कई कुछ होर लिखिया होया, यह भी लिखिया होया कि जी टी रोड के आस पास 500 मीटर के घेरे दे विच जिन्ने मैरिज पैलेस ने, जिन्ने होटल ने, जिन्ने रेस्टोरेंट ने, उन्होंने उत्ते भी हुक्म लागू होगा कि इन्हां थावां दे उत्ते भी व्याहां शादियां पार्टियां दे विच शराब परोसी नहीं जा सकेगी। हुण सारा कुछ बाकी तो ठीक सी, पर पंजाब दे बहुते मैरिज पैलेस जिहड़े ने वह जी टी रोड के 500 मीटर के दायरे के अंदर ही स्थित ने, बहुते मैरिज पैलेस जी टी रोड के बिल्कुल किनारे ते स्थित ने, ते उत्थे बहुत सारिया पार्टियां जिहड़ियां हुंदियां शराब तो बिना पंजाब दे विच बहुते व्याहां की कल्पना भी नहीं की जा सकती। इस करके हुण जी जांदा नहीं, पहले पुछ लेंदे अच्छा सुक्का विआह रहा अग उत्ते इन्हां दे विआह नहीं जाणा, बीबीआं नूं नहीं जाणा, जपो वाले दिन शाम नूं बंदा शगन फड़ा जी कल नूं तां वेल नहीं हैगा, असीं सोचिया अज जिहड़ा कम नबेड़ा ही ऐं जांदे ने जिवें तरीक भुगतनी होवे। सुखनैब जी हुण
ਪੰਜਾਬ ਦਾ ਪ੍ਰਸ਼ਾਸਨ ਖਾਸ ਤੌਰ ਤੇ ਕਰ ਤੇ ਆਬਕਾਰੀ ਵਿਭਾਗ ਜਿਹੜਾ ਸੋਚੀ ਪਿਆ ਹੋਇਆ ਕੰਮ ਕਰਦਾ ਤਾਂ ਹੈਗਾ ਪਰ ਪੈਰ ਮਸਾਂ ਚੁੱਕ ਹੁੰਦੇ ਆ ਜਿਵੇਂ ਕੁਇੰਟਲ ਕੁਇੰਟਲ ਦੇ ਪੱਥਰ ਨਾਲ ਵੱਜੇ ਹੋਣ। ਦੋ ਤਿੰਨ ਤਰੀਕਿਆਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ, ਇੱਕ ਤਾਂ ਮੈਰਿਜ ਪੈਲਸਾਂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਜਿੱਦਾਂ ਜਿੱਦਾਂ ਫੈਸਲੇ ਦਾ ਪਤਾ ਲੱਗ ਰਿਹਾ ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਤੌਖਲਾ ਕਿ ਭਾਈ ਸਾਨੂੰ ਤਾਂ ਲੱਗਦਾ ਕਹਿੰਦੇ ਬੁਕਿੰਗ ਜਿਹੜੀ ਆ 70-80% ਘੱਟ ਜਾਣੀ ਹੈ, ਕਿਉਂਕਿ ਜਦੋਂ ਲੜਕੇ ਲੜਕੀ ਵਾਲੇ ਨੂੰ ਪਤਾ ਲੱਗਿਆ ਕਰੂਗਾ ਕਿ ਜਿਹੜਾ ਮੈਰਿਜ ਪੈਲਸ ਸੀ ਬੁੱਕ ਕਰਨ ਨੂੰ ਫਿਰਦੇ ਆ ਉੱਥੇ ਸ਼ਰਾਬ ਨਹੀਂ ਪਿਆ ਸਕਦੇ, ਅਗਲੇ ਕਹਿੰਦੇ ਦਿਨ ਘਰੇ ਟੈਂਟ ਲਾ ਲਾਂਗੇ ਪਰ ਸ਼ਰਾਬ ਜ਼ਰੂਰ ਪਿਆਉਣੀ ਹੈ। ਇਹਦੇ ਨਾਲ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਕਰ ਤੇ ਆਬਕਾਰੀ ਵਿਭਾਗ ਹੈ ਉਹਨੂੰ ਇਸ ਗੱਲ ਦਾ ਵੀ ਜਿਹੜਾ ਸ਼ੰਕਾ ਹੈ ਕਿ ਸ਼ਰਾਬ ਪਿਲਾਉਣ ਦੇ ਪਰਮਿਟ ਲੈਣ ਦੇ ਲਈ ਲੋਕ ਹਜ਼ਾਰਾਂ ਰੁਪਈਏ ਜਿਹੜੇ ਅਦਾ ਕਰਦੇ ਸੀ ਜਿਨ੍ਹਾਂ ਨੇ ਮੈਰਿਜ ਪੈਲਸ ਦੇ ਵਿੱਚ ਵਿਆਹ ਕਰਨਾ ਹੁੰਦਾ ਸੀ ਉਸ ਪਰਮਿਟ ਦੇ ਰੂਪ ਦੇ ਵਿੱਚ ਹਰ ਸਾਲ ਜਿਹੜੀ ਕਰੋੜਾਂ ਰੁਪਈਏ ਫੀਸ ਪੰਜਾਬ ਸਰਕਾਰ ਨੂੰ ਆਉਂਦੀ ਸੀ ਉਹ ਵੀ ਫੀਸ ਘਟਣ ਦੇ ਜਿਹੜੇ ਉਹ ਇਸ ਵੇਲੇ ਸੰਕੇਤ ਸਪਸ਼ਟ ਰੂਪ ਦੇ ਵਿੱਚ ਮਿਲ ਰਹੇ ਆ। ਸੂਚੀਆਂ ਸੁਖਨੈਬ ਜੀ ਤਿਆਰ ਹੋ ਰਹੀਆਂ, ਚਾਹੇ ਸ਼ਰਾਬ ਦੇ ਠੇਕੇ ਨੇ, ਚਾਹੇ ਹੋਟਲ ਨੇ ਤੇ ਚਾਹੇ ਰੈਸਟੋਰੈਂਟ ਨੇ, ਉਹਨਾਂ ਸੂਚੀਆਂ ਦੇ ਆਧਾਰ ਦੇ ਉੱਤੇ ਨੋਟਿਸ ਭੇਜੇ ਜਾਣੇ ਆ ਤਾਂ ਜੋ 1 ਅਪ੍ਰੈਲ ਤੋਂ ਇਹ ਸਾਰਾ ਕੰਮ ਜਿਹੜਾ ਕੀਤਾ ਜਾ ਸਕੇ। ਪਰ ਵਿੱਚ ਵਿਚਾਲੇ ਕਨਸੋਆਂ ਇਸ ਤਰੀਕੇ ਦੀਆਂ ਵੀ ਨੇ ਕਿ ਕੁਝ ਇੱਕ ਹੋਟਲ ਤੇ ਮੈਰਿਜ ਪੈਲਸ ਜਿਹੜੇ ਮਾਲਕ ਨੇ ਉਹ ਰਲ ਮਿਲ ਕੇ ਪੈਸਾ ਧੇਲਾ ਇਕੱਠਾ ਕਰਕੇ ਮਾਣਯੋਗ ਸੁਪਰੀਮ ਕੋਰਟ ਭਾਰਤ ਦਾ ਦਰਵਾਜ਼ਾ ਵੀ ਖੜਕਾਉਣ ਜਾ ਰਹੇ ਨੇ ਤਾਂ ਜੋ ਉਹਨਾਂ ਦਾ ਕਾਰੋਬਾਰ ਜਿਹੜਾ ਉਹ ਬਚਿਆ ਰਹਿ ਸਕੇ। ਜੀ ਬਿਲਕੁਲ ਜੀ, ਸ਼ਰਾਬ ਇੱਕ ਵੱਡਾ ਕਾਰੋਬਾਰ ਹੈ ਤੇ ਬਹੁਤ ਸਾਰੀ ਲੌਬੀ ਇਸ ਦੇ ਨਾਲ ਜੁੜੀ ਹੋਈ ਹੈ, ਪਤਾ ਲੱਗੂ ਕੀ ਕੁਛ ਹੋਣਾ ਆਉਣ ਵਾਲੇ ਸਮੇਂ ਚ। ਆਪ ਤੇ ਕਾਂਗਰਸ ਨੇ ਪੰਚਾਇਤਾਂ ਨੂੰ ਕਹਿੰਦੇ ਜੀ ਚੇਤਾਵਨੀ ਦਿੱਤੀ ਹੈ। ਸੁਖਨੈਬ ਜੀ, ਜਦੋਂ ਥਾਣਿਆਂ ਦੇ ਜਿਹੜੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਰਹੇ ਹੁਣ, ਲੁਧਿਆਣੇ ਦੀ ਜੇਲ੍ਹ ਵਾਲਾ ਕੰਮ ਵੀ ਅੱਜ ਅਗਲਿਆਂ ਚੱਕ ਕੇ ਫੱਟੇ ਚੱਕ ਦਿੱਤੇ ਆ, ਕਹਿੰਦੇ ਜਾ ਕੇ ਭਾਈ ਜਿੰਨੀ ਦੇਰ ਤੁਸੀਂ ਜਿਹੜਾ ਕਰੋੜਾਂ ਰੁਪਈਆ ਬਿੱਲ ਰਹਿੰਦਾ 1.8 ਕਰੋੜ ਦੇ ਕਰੀਬ ਉਹ ਨੀ ਜਮਾ ਕਰਾਉਂਦੇ ਉਨੀ ਦੇਰ ਦੀਵੇ ਬਾਲ ਕੇ ਕੈਦੀਆਂ ਦੀ ਰੱਖਿਆ ਕਰੋ, ਤੁਸੀਂ ਇਹਨਾਂ ਨੂੰ ਭੱਜਣ ਨੀ ਦੇਣਾ। ਇਹਦੇ ਤੋਂ ਪਹਿਲਾਂ ਫਰੀਦਕੋਟ ਵਾਲੀ ਜੇਲ੍ਹ ਦਾ ਮਸਲਾ ਵੀ ਸਾਡੇ ਸਾਹਮਣੇ ਆ ਚੁੱਕਿਆ ਤੇ ਜਦੋਂ ਪਾਵਰਕਾਮ ਵਾਲਿਆਂ ਨੇ ਤਹਿਸੀਲਾਂ ਨੀ ਛੱਡੀਆਂ, ਜੇਲ੍ਹਾਂ ਨੀ ਛੱਡੀਆਂ, ਥਾਣੇ ਨੀ ਛੱਡੇ, ਈਓ ਦਫ਼ਤਰ ਨੀ ਛੱਡੇ, ਬੀਡੀਪੀਓ ਦਫ਼ਤਰ ਨੀ ਛੱਡੇ, ਪ੍ਰਾਇਮਰੀ ਸਰਕਾਰੀ ਹਾਈ ਸਕੂਲ ਨੀ ਛੱਡੇ, ਘੁਬਾਇਆ ਸਾਹਿਬ ਦਾ ਕਾਲਜ ਨੀ ਛੱਡਿਆ, ਬੀਬੀ ਕਰਨ ਕੌਰ ਬਰਾੜ ਦਾ ਘਰ ਨੀ ਛੱਡਿਆ, ਵੀਰਪਾਲ ਕੌਰ ਜਿਹੜੀ ਕਿ ਮਹਿਲਾ ਕਮਿਸ਼ਨ ਦੀ ਮੈਂਬਰ ਤੇ ਅਕਾਲੀ ਦਲ ਦੀ, ਨਾਨਕੇ ਨੀ ਛੱਡੇ, ਬਿਲਕੁਲ ਬਾਦਲ ਪਿੰਡ ਦਾ ਛੱਪੜ ਨੀ ਛੱਡਿਆ, ਮਾਨਾ ਪਿੰਡ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਗੋਦ ਲਿਆ ਉਹਦਾ ਜਿਹੜਾ ਜਲ ਸਪਲਾਈ ਘਰ ਨੀ ਛੱਡਿਆ, ਫਿਰ ਪੰਜਾਬ ਦੇ ਬਾਕੀ ਜਲ ਸਪਲਾਈ ਘਰ ਕਿਹੜੇ ਪਾਣੀ ਹਾਰ ਨੇ, ਉੱਥੇ ਤਾਂ ਘੁਆੜਾ ਚੱਲਣਾ ਇਸੇ ਬਿੱਲ ਨੀ ਦੇਣੇ। ਤਾਂ ਹੁਣ ਸੁਖਨੈਬ ਜੀ ਪੰਜਾਬ ਦੇ ਸੈਂਕੜੇ ਜਿਹੜੇ ਇਸ ਵੇਲੇ ਜਲ ਸਪਲਾਈ ਘਰ ਨੇ ਉਹਨਾਂ ਦੇ ਕਨੈਕਸ਼ਨ ਪਾਵਰਕਾਮ ਨੇ ਕੱਟੇ ਹੋਏ ਆ ਕਿ ਭਾਈ ਤੁਸੀਂ ਬਿੱਲ ਜਿਹੜੇ ਆ ਸਾਨੂੰ ਅਦਾ ਨੀ ਕਰ ਰਹੇ, ਦੇ ਨੀ ਰਹੇ, ਇਸ ਕਰਕੇ ਤੁਹਾਡਾ ਕੰਮ ਜਿਹੜਾ ਅਸੀਂ ਹੁਣ ਚੱਲਣ ਨੀ ਦੇਣਾ। ਹੁਣ ਜਿੱਥੋਂ ਤੱਕ ਤਾਂ ਵੱਡੇ ਲੋਕਾਂ ਦੀ ਗੱਲ ਹੈ, ਚਾਹੇ ਘੁਬਾਇਆ ਸਾਹਿਬ ਦੇ ਕਾਲਜ ਦੇ ਕਨੈਕਸ਼ਨ ਦੀ ਗੱਲ ਹੋਵੇ, ਚਾਹੇ ਸਰਕਾਰੀ ਦਫ਼ਤਰਾਂ ਦੀ ਗੱਲ ਹੋਵੇ, ਉੱਥੇ ਵੱਡੇ ਲੋਕਾਂ ਨੂੰ ਬਹੁਤਾ ਨੁਕਸਾਨ ਹੁੰਦਾ। ਬੀਬੀ ਵੀਰਪਾਲ ਕੌਰ ਦੀ ਗੱਲ ਕਰ ਲਈਏ, ਪਰ ਜਦੋਂ ਪਾਣੀ ਵਾਲੀ ਟੈਂਕੀ ਦਾ ਕਨੈਕਸ਼ਨ ਬਿਜਲੀ ਦਾ ਕੱਟਿਆ ਜਾਂਦਾ ਉਦੋਂ ਆਮ ਲੋਕ ਬਹੁਤਾ ਜ਼ਿਆਦਾ ਪੀਸ ਹੁੰਦੇ ਆ, ਕਿਉਂਕਿ ਇਸ ਵੇਲੇ ਘਰਾਂ ਦੇ ਵਿੱਚ ਬੋਰ ਕਰਾਉਣਾ ਬਹੁਤ ਔਖਾ। ਸੁਖਨੈਬ ਜੀ ਸਾਡੇ ਤਾਂ ਹੈ ਨੀ, ਕਿਉਂਕਿ ਕਈ ਵਾਰ ਸੋਚਿਆ ਕਰਾ ਲਈਏ ਪਰ ਫੇਰ ਲੱਗਦਾ ਕਿ ਭਾਈ ਚਲੋ ਇਹ ਜਿਹੜਾ ਪਾਣੀ ਆਉਂਦਾ ਸਰਕਾਰੀ ਟੈਂਕੀ ਵਾਲਾ ਉਹਦੇ ਨਾਲ ਕੰਮ ਚੱਲੀ ਜਾਂਦਾ, ਕਾਹਨੂੰ 60-70 ਹਜ਼ਾਰ ਰੁਪਇਆ ਖਰਚ ਕਰਨਾ ਜਿੰਨੀ ਦੇਰ ਕੰਮ ਚੱਲਦਾ ਚਲਾਉਂਦੇ ਆ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਜੀ ਹੁੰਦਾ ਵੀ ਮਹਿੰਗਾ, ਕਿਉਂਕਿ ਇੰਨਾ ਡੂੰਘਾ ਪਾਈਪ ਪਾਉਣਾ ਇਹ ਵੀ ਨੀ ਪਤਾ ਹੁੰਦਾ ਕਿ ਮੁੜ ਕੇ ਉਹਨੇ ਪਾਣੀ ਕਿੰਨੀ ਦੇਰ ਚੱਕਣਾ, ਅਗਲੇ ਸਾਲ ਟੋਟਾ ਫੇਰ ਪਾਉਣਾ ਪੈ ਜਾਂਦਾ। ਅਸੀਂ ਸੁੱਕਣਾ ਪਾਣੀ ਧਰਤੀ ਦਾ ਜਿਹੜਾ ਉਹ ਚੂਸ ਹੀ ਇੰਨਾ ਕੁ ਲਿਆ, ਨੀਤੀਆਂ ਸਾਡੀਆਂ ਇੰਨੀਆਂ ਸ਼ਾਨਦਾਰ ਨੇ। ਹੁਣ ਸੁਖਨੈਬ ਜੀ ਉਹ ਲੋਕ ਜਿਹੜੇ ਕੇਵਲ ਤੇ ਕੇਵਲ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਪਾਣੀ ਦੇ ਉੱਤੇ ਨਿਰਭਰ ਕਰਦੇ ਨੇ ਉਹਨਾਂ ਲੋਕਾਂ ਦਾ ਇਸ ਵੇਲੇ ਜੀਣਾ ਦੁੱਭਰ ਹੋਇਆ ਪਿਆ। ਬਾਲਟੀਆਂ ਲੈ ਕੇ ਤੁਰੇ ਫਿਰਦੇ ਨੇ, ਕਦੇ ਕਿਸੇ ਦੇ ਘਰੇ, ਕਦੇ ਕਿਸੇ ਦੇ ਘਰੇ, ਜਿਹਨਾਂ ਦੇ ਬੂਰ ਹੈਗਾ ਜੀ 2 ਬਾਲਟੀਆਂ ਪਾਣੀ ਮਿਲ ਜਦੋਂ ਮੁੰਡਾ ਨੂੰ ਆਉਣਾ ਸਕੂਲੇ ਭੇਜਣਾ, ਨਾਤਿਓ ਬਿਨਾਂ ਜਾਂਦਾ ਨੀ। ਹੁਣ ਇਹ ਹਾਲਾਤ ਜਿਹੜੇ ਨੇ ਇਹਦੇ ਕਰਕੇ ਸਿਆਸੀ ਤੌਰ ਤੇ ਗਹਿਮਾ ਗਹਿਮੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਐਡਵੋਕੇਟ ਐਚ ਐਸ ਫੂਲਕਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਨੇ, ਉਮੀਦਵਾਰ ਵੀ ਨੇ ਪੰਜਾਬ ਦੇ ਇੱਕ ਵਿਧਾਨ ਸਭਾ ਹਲਕੇ ਤੋਂ, ਉਹਨਾਂ ਨੇ ਕਿਹਾ ਸੀ ਕਿ ਨਵੀਂ ਜਿਹੜੀ ਸਾਡੀ ਕਹਿੰਦੇ ਸਰਕਾਰ ਆਉਣੀ ਆਮ ਆਦਮੀ ਪਾਰਟੀ ਦੀ ਪੰਜਾਬ ਚ, ਤੇ ਉਸ ਨਵੀਂ ਸਰਕਾਰ ਦੇ ਰਾਹ ਦੇ ਵਿੱਚ ਕੰਡੇ ਬੀਜਣ ਦੇ ਲਈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਸਾਜ਼ਿਸ਼ੀ ਢੰਗ ਦੇ ਨਾਲ ਇਹ ਸਾਰਾ ਕੁਝ ਕਰ ਰਹੀ ਹੈ। ਬਿਜਲੀ ਵਾਲੇ ਜਿਹੜੇ ਕਨੈਕਸ਼ਨ ਕੱਟ ਰਹੇ ਨੇ ਪਾਣੀ ਵਾਲੀਆਂ ਟੈਂਕੀਆਂ ਦੇ ਤਾਂ ਜੋ ਲੋਕਾਂ ਦੇ ਵਿੱਚ ਹਾਹਾਕਾਰ ਮਚੇ, ਪਹਿਲਾਂ ਕਿਉਂ ਨਹੀਂ ਕਹਿੰਦੇ ਕੀਤਾ? ਉਹਨਾਂ ਨੇ ਮੁੱਲਾਪੁਰ ਦਾਖਾ ਦੀ ਪਾਣੀ ਵਾਲੀ ਟੈਂਕੀ ਦਾ ਜਿਹੜਾ ਉਹ ਜ਼ਿਕਰ ਵੀ ਕੀਤਾ ਸੀ ਕਿ 12 ਲੱਖ ਰੁਪਇਆ ਬਿਜਲੀ ਦਾ ਬਿੱਲ ਦੇਣ ਵਾਲਾ, ਉਹ ਦਿੱਤਾ ਨੀ, 85 ਲੱਖ ਰੁਪਇਆ ਖੇਡ ਸਟੇਡੀਅਮ ਤੇ ਲਾਤਾ, ਕਿੱਥੋਂ ਦਾ ਇਨਸਾਫ਼ ਹੈ? ਇਹ ਵੀ ਕਿਹਾ ਸੀ ਕਿ ਮੈਂ ਖੇਡ ਸਟੇਡੀਅਮ ਦੇ ਖਿਲਾਫ਼ ਨਹੀਂ ਜੀ, ਉਹਨਾਂ ਨੇ ਇਹ ਵੀ ਗੱਲ ਆਖੀ ਸੀ ਕਿ ਮੈਂ ਖੇਡ ਸਟੇਡੀਅਮ ਦੇ ਬਿਲਕੁਲ ਖਿਲਾਫ਼ ਨਹੀਂ, ਪਰ ਜਦੋਂ ਸਾਨੂੰ ਖੇਡ ਸਟੇਡੀਅਮ ਉਸ ਵੇਲੇ ਚਾਹੀਦੇ ਨੇ
ਜਦੋਂ ਲੋਕ ਜਿਉਂਦੇ ਹੋਣਗੇ ਜੇ ਉਹਨਾਂ ਨੂੰ ਪਾਣੀ ਨਹੀਂ ਮਿਲੂਗਾ ਤੇ ਜੀਣਗੇ ਕਿਵੇਂ, ਖੇਡੂਗਾ ਕੌਣ? ਤੇ ਨਾਲ ਦੀ ਨਾਲ ਹੁਣ ਉਹਨਾਂ ਨੇ ਵੀ ਕਿਹਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਜਿਹੜੀਆਂ ਗ੍ਰਾਮ ਪੰਚਾਇਤਾਂ ਦੇ ਜਲ ਸਪਲਾਈ ਘਰਾਂ ਦੇ ਕਨੈਕਸ਼ਨ ਕੱਟੇ ਗਏ ਆ, ਜਿਹੜੀਆਂ ਨਗਰ ਕੌਂਸਲਾਂ ਦਾ ਪੀਣ ਵਾਲੇ ਪਾਣੀ ਦਾ ਸਪਲਾਈ ਦਾ ਕੰਮ ਠੱਪ ਹੋਇਆ, ਅਸੀਂ ਇੱਕ ਕਮਿਸ਼ਨ ਬਣਾ ਕੇ ਸਾਰਿਆਂ ਦੀ ਜਾਂਚ ਕਰਾਵਾਂਗੇ ਕਿ ਉਹਨਾਂ ਨੇ ਗ੍ਰਾਂਟਾਂ ਵਗੈਰਾ ਜਿਹੜੀਆਂ ਕਿੰਨੀਆਂ ਕੁ ਛੱਕੀਆਂ ਤੇ ਕਿੰਨੀਆਂ ਕੁ ਲਾਈਆਂ ਤੇ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। ਉਹਨਾਂ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆ ਗਿਆ। ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਿੱਧੇ ਤੌਰ ਤੇ ਮੰਗ ਕਰਤੀ, ਉਹ ਕਹਿੰਦੇ ਜਿੰਨੀ ਛੇਤੀ ਹੋ ਸਕੇ ਸਾਰੀ ਜਲ ਸਪਲਾਈ ਜਿਹੜੀ ਹੈ ਉਹ ਬਹਾਲ ਕੀਤੀ ਜਾਵੇ। ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਤੇ ਨਗਰ ਕੌਂਸਲਾਂ ਦੇ ਪ੍ਰਧਾਨਾਂ ਦੇ ਉੱਤੇ ਉਹਨਾਂ ਨੇ ਮੌਜੂਦਾ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਤੀ ਕਿ ਭਾਈ ਕਾਰਵਾਈ ਤੁਸੀਂ ਕਰੋ। ਸੋ ਵੇਖਦੇ ਹਾਂ ਸੁਖਨੈਬ ਜੀ ਕਿ ਇਹਨਾਂ ਸਿਆਸੀ ਤੌਰ ਤੇ ਗਤੀਵਿਧੀਆਂ ਤੋਂ ਬਾਅਦ ਇਹਨਾਂ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਨੇ ਤੇ ਨਾਲ ਦੀ ਨਾਲ ਨਗਰ ਕੌਂਸਲਾਂ ਦੇ ਪ੍ਰਧਾਨ ਤੇ ਜਿਹੜੇ ਕੌਂਸਲਰ ਨੇ ਉਹਨਾਂ ਦੇ ਉੱਤੇ ਫਰਕ ਕਿੰਨਾ ਕੁ ਪੈਂਦਾ ਤੇ ਕਦੋਂ ਕੁ ਪੰਜਾਬ ਦੇ ਲੱਖਾਂ ਲੋਕਾਂ ਦੀ ਪਾਣੀ ਵਾਲੀ ਸਪਲਾਈ ਜਿਹੜੀ ਬਿਜਲੀ ਦੇ ਬਿੱਲ ਨਾ ਦੇਣ ਕਰਕੇ ਇਸ ਵੇਲੇ ਠੱਪ ਹੋਈ ਪਈ ਹੈ ਉਹਨੂੰ ਬਹਾਲ ਕੀਤਾ ਜਾਂਦਾ ਹੈ। ਜੀ ਗੱਲ ਬਿਲਕੁਲ ਦਰੁਸਤ ਹੈ ਜੀ ਤੁਹਾਡੀ, ਔਰ ਮੈਨੂੰ ਫੁਲਕਾ ਸਾਹਿਬ ਦੇ ਸ਼ੰਕੇ ਜਾਇਜ਼ ਵੀ ਲੱਗਦੇ ਹੈ, ਬਾਕੀ ਦੇਖੋ ਸਮਾਂ ਦੱਸੂ। ਤੇ ਉਧਰ ਚਰਚਾ ਜੀ ਕਿ ਮਹਾਰਾਸ਼ਟਰ ਦਾ ਇੱਕ ਵਿਆਹ ਹੈ ਵੱਖਰੀ ਕਿਸਮ ਦਾ। ਸੁਖਨੈਬ ਜੀ ਥੋੜੇ ਦਿਨ ਪਹਿਲਾਂ ਇਹ ਵਿਆਹ ਹੋਇਆ ਤੇ ਇਹ ਵਿਆਹ ਉਸ ਵੇਲੇ ਹੋਇਆ ਜਦੋਂ ਆਪਾਂ ਬਾਰ ਬਾਰ ਰੇਡੀਓ ਚੰਨਪ੍ਰਦੇਸੀ ਦੇ ਸਰੋਤਿਆਂ ਨਾਲ ਕਰਨਾਟਕਾ ਦੇ ਸਾਬਕਾ ਮੰਤਰੀ ਜਨਾਰਦਨ ਰੈਡੀ ਦੀ ਬੇਟੀ ਦੇ ਵਿਆਹ ਦਾ ਜ਼ਿਕਰ ਕਰਦੇ ਸੀ ਕਿ 550 ਕਰੋੜ ਰੁਪਇਆ ਖਰਚ ਕਰ ਦਿੱਤਾ, ਇੰਨਾ ਵਧੀਆ ਵਿਆਹ ਕੀਤਾ। ਹੁਣ ਬੀਜੇਪੀ ਮਹਾਰਾਸ਼ਟਰ ਦੇ ਪ੍ਰਧਾਨ ਨੇ ਰਾਜ ਸਾਹਿਬ ਦਾਨਵੇ, ਉਹਨਾਂ ਦਾ ਪੁੱਤ ਹੈ MLA ਸੰਤੋਸ਼ ਦਾਨਵੇ, ਉਹਦਾ ਵਿਆਹ ਹੋਇਆ ਵੀ ਮਰਾਠੀ ਸਿੰਗਰ ਰਾਜੇਸ਼ ਮਾਰਕਾਟੇ ਦੀ ਬੇਟੀ ਨਾਲ ਔਰੰਗਾਬਾਦ ਦੇ ਵਿੱਚ। ਇਹਨਾਂ ਨੇ ਵੀ ਕਰੋੜਾਂ ਸੈਂਕੜੇ ਕਰੋੜਾਂ ਰੁਪਇਆ ਖਰਚ ਦਿੱਤਾ, 30-35 ਹਜ਼ਾਰ ਉੱਥੇ ਮਹਿਮਾਨ ਆਏ। ਮਹਾਰਾਸ਼ਟਰ ਦਾ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਵੀ ਪਹੁੰਚਿਆ ਤੇ ਉਹਦੀ ਸਾਰੀ ਦੀ ਸਾਰੀ ਕੈਬਨਿਟ, ਇੱਕ ਵੀ ਬੰਦਾ ਗੈਰ ਹਾਜ਼ਰ ਨਹੀਂ ਹੋਇਆ। ਵੀਡੀਓ ਇਨਵੀਟੇਸ਼ਨ ਭੇਜੇ ਗਏ ਸੀ ਮਹਿਮਾਨਾਂ ਨੂੰ ਬੜੇ ਮਹਿੰਗੇ ਭਾਅ ਦੇ, ਸਾਰੇ ਮਹਿਮਾਨਾਂ ਨੂੰ ਮਹਿੰਗੇ ਮਹਿੰਗੇ ਗਿਫਟ ਵੀ ਦਿੱਤੇ ਗਏ, ਇੱਥੋਂ ਤੱਕ ਕਿ ਵਿਆਹ ਦੇ ਕਰਕੇ ਸ਼ਹਿਰ ਦੀ ਇੱਕ ਮੁੱਖ ਸੜਕ ਵੀ ਬੰਦ ਕਰਤੀ। ਬਹੁਤ ਸਾਰੀ ਸਥਾਨਕ ਪੁਲਿਸ ਜਿਹੜੀ ਵਿਆਹ ਵਾਲੇ ਮਹਿਮਾਨਾਂ ਦੀ ਸੁਰੱਖਿਆ ਦੇ ਵਿੱਚ ਲੱਗੀ ਰਹੀ ਤੇ ਉਹਦੇ ਦੇ ਨਾਲ ਨਾਲ ਮੱਧ ਕਾਲ ਦੇ ਸ਼ਾਹੀ ਮਹਿਲ ਜਿੱਦਾਂ ਦੇ ਹੁੰਦੇ ਸੀ ਉਦਾਂ ਦਾ ਸੈੱਟ ਬਣਾਇਆ ਗਿਆ ਸੀ ਇਸ ਵੱਡੇ ਸ਼ਾਹੀ ਵਿਆਹ ਨੂੰ ਕਰਨ ਦੇ ਲਈ। ਸੁਖਨੈਬ ਜੀ ਪਰ ਜਿਹੜੀ ਗੱਲ ਖੜਕਦੀ ਹੈ, ਤੁਸੀਂ ਤੁਹਾਡੇ ਕੋਲ ਪੈਸੇ ਹੈਗੇ ਨੇ ਖਰਚੋ ਭਾਈ, ਕਾਨੂੰਨ ਭਾਰਤ ਦਾ ਕਹਿੰਦਾ ਹੀ ਨਹੀਂ ਕਿ ਨਾ ਖਰਚੋ ਵੱਧ ਪੈਸੇ ਤੁਸੀਂ, ਪਰ ਜੇ ਤਾਂ ਤੁਸੀਂ ਇਕੱਲੇ ਕਾਰੋਬਾਰੀਆਂ ਚੋਂ ਮਰਜ਼ੀ ਕਰੀ ਜਾਓ, ਤੁਸੀਂ ਸਿਆਸਤਦਾਨ ਹੋ, ਤੁਸੀਂ ਭਾਰਤ ਦੇ ਲੋਕਾਂ ਦੇ ਸਾਹਮਣੇ ਇੱਕ ਰਾਹ ਦਿਖਾਉਣ ਵਾਲੇ ਬੰਦੇ ਹੋ, ਭਾਰਤ ਦੇ ਲੋਕ ਤੁਹਾਡੇ ਉੱਤੇ ਉਮੀਦਾਂ ਕਰਦੇ ਆ, ਤੁਹਾਨੂੰ ਵਿਧਾਨ ਸਭਾਵਾਂ ਲੋਕ ਸਭਾਵਾਂ ਦੇ ਵਿੱਚ ਭੇਜਿਆ ਕਿ ਤੁਸੀਂ ਲੋਕਾਂ ਦੇ ਹੱਕ ਦੀ ਗੱਲ ਕਰੋ, ਪਰ ਇੱਥੇ ਹੱਕ ਦੀ ਗੱਲ ਕੀ ਹੋ ਰਹੀ ਹੈ? ਜੇ ਇਸ ਮੁੰਡੇ ਦਾ ਸੰਤੋਸ਼ ਦਾਨਵੇ ਦਾ ਵਿਆਹ ਬੀਜੇਪੀ ਦੇ ਸੂਬਾ ਪ੍ਰਧਾਨ ਦੇ ਮੁੰਡੇ ਦਾ, ਉਹ ਉਸ ਮਰਾਠਵਾੜਾ ਖੇਤਰ ਦੇ ਵਿੱਚੋਂ MLA ਬਣ ਕੇ ਆਇਆ, ਭੋਕਦਰਨ ਜਿਹੜਾ MLA ਵਿਧਾਨ ਸਭਾ ਖੇਤਰ ਦਾ MLA ਹੈ, ਜਿੱਥੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗਰਮੀਆਂ ਦੇ ਵਿੱਚ ਸੋਕਾ ਪੈਂਦਾ, ਜਿੱਥੇ ਰੇਲ ਗੱਡੀਆਂ ਦੇ ਰਾਹੀਂ ਪਾਣੀ ਉੱਤਰੀ ਭਾਰਤ ਤੋਂ ਲਿਜਾ ਕੇ ਜਿਹੜਾ ਉੱਥੇ ਲੋਕਾਂ ਨੂੰ ਪਿਲਾਉਣਾ ਪੈਂਦਾ, ਖੇਤੀਬਾੜੀ ਤਾਂ ਕੀ ਹੋਣੀ ਹੈ, ਲੋਕੀ ਉੱਥੋਂ ਸਮਾਨ ਛੱਡ ਛੱਡ ਕੇ ਘਰਾਂ ਦੇ ਵਿੱਚੋਂ ਭੱਜਦੇ ਆ ਕਿ ਭਾਈ ਪੈਸੇ ਥੋੜੀ ਮਰਨੇ। ਹੁਣ ਜਿਹੜੇ MLA ਨੂੰ ਆਪਣੇ ਹਲਕੇ ਦੇ ਲੋਕਾਂ ਦਾ ਨਹੀਂ ਖਿਆਲ ਕਿ ਭਾਈ ਉਹਨਾਂ ਦੀ ਮੂੰਹ ਦੇ ਵਿੱਚ ਐਤਕੀ ਵੀ ਇੱਕ ਦੋ ਬੂੰਦ ਪਾਣੀ ਪੈਣਾ ਕਿ ਨਹੀਂ ਪੈਣਾ, ਉੱਥੇ ਉਹ 35 ਤਰ੍ਹਾਂ ਦੇ ਜੂਸ ਜਿਹੜਾ ਧੱਕੇ ਨਾਲ ਆਪਣੇ ਮਹਿਮਾਨਾਂ ਦੇ ਮੂੰਹ ਦੇ ਵਿੱਚ ਪਾਈ ਜਾਂਦਾ। ਸੋ ਕਿਤੇ ਨਾ ਕਿਤੇ ਸਿਆਸੀ ਲੋਕਾਂ ਦੇ ਕਿਰਦਾਰ, ਉਹਨਾਂ ਦੀ ਸੋਚ ਤੇ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੁੰਦੇ ਆ। ਵੇਖਦੇ ਆ ਕਿ ਲੀਡਰਾਂ ਦੀ ਅਸਲੀਅਤ ਪਹਿਚਾਨਣ ਦੇ ਵਿੱਚ ਭਾਰਤ ਦੇ ਲੋਕ ਹੋਰ ਕਿੰਨਾ ਕੁ ਸਮਾਂ ਲਾਉਂਦੇ ਆ। ਬਿਲਕੁਲ ਜੀ, ਔਰ ਚਿਹਰੇ ਪਹਿਚਾਣੇ ਗਏ ਨੇ ਤੇ ਮੁੱਕੇ ਵੀ ਤਾਣੇ ਗਏ ਨੇ, ਬਾਕੀ ਸਮੇਂ ਨੇ ਦੱਸਣਾ ਕਿਉਂਕਿ ਹੁਣ ਮੇਰੇ ਖਿਆਲ ਦੇ ਵਿੱਚ 99 ਘੰਟੇ ਰਹਿ ਗਏ ਜੀ ਬਾਕੀ ਪੰਜਾਬ ਦੀ ਹਾਲਾਤ ਜਿਹੜੀ ਹੈ ਸੱਤਾ ਦੀ ਹਾਲਤ ਅਸਲ ਰੂਪ ਦੇ ਵਿੱਚ ਸਾਹਮਣੇ ਆਉਣ ਦੇ ਵਿੱਚ, ਬਾਕੀ ਸਾਰੀਆਂ ਧਿਰਾਂ ਦਾ ਆਪਾਂ ਬਾਅਦ ਦੇ ਵਿੱਚ ਖੁਲਾਸਾ ਕਰਾਂਗੇ। ਸੋ ਬਹੁਤ ਮਿਹਰਬਾਨੀ ਸੀ ਬਾਟ ਸਾਹਿਬ, ਤੁਸੀਂ ਜੁੜੇ, ਕੀਮਤੀ ਵਿਚਾਰ, ਖਬਰਾਂ ਸਾਰਾਂ ਦੀ ਸਾਂਝ ਰੇਡੀਓ ਚੰਨ ਪ੍ਰਦੇਸੀ ਨਾਲ ਰੋਜ਼ਾਨਾ ਦੀ ਤਰ੍ਹਾਂ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ, ਤੇ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਸ਼ੁਭੇਸ਼ਾਵਾਂ। ਬਹੁਤ ਮਿਹਰਬਾਨੀ ਜੀ। ਸੋ ਇਹ ਸੀਗੇ ਸਾਡੇ ਟੀਮ ਮੈਂਬਰ ਪਰਮਜੀਤ ਸਿੰਘ ਬਾਟ, ਬਾਟ ਸਾਹਿਬ ਦੇ ਨਾਲ ਗੱਲਬਾਤ ਤੁਸੀਂ ਸੁਣੀ, ਅਗਲੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਹਾਂ, ਸੁਣਦੇ ਰਹੋ ਰੇਡੀਓ ਚੰਨ ਪ੍ਰਦੇਸੀ। ਬਸ